ਲਹਿਣ ਦੀ ਫੇਰਾਈ ਐ ਨਾਨਕਾ ਦੋਹੀ ਖਟੀ ਐ ਜੋਤ ਉਹ ਹਾ ਜੁਗਤ ਸਾਈ ਸੈਕਾਂ ਆ ਫਿਰ ਪਲਟੀ ਐ ਚੁੱਲੈ ਸੁਸ਼ਤ ਨਰਨਜਨੀ ਮਲ ਤਖਤ ਬੈਠਾ ਗੁਰ ਹਟੀ ਐ ਕਰੈ ਜੇ ਗੁਰ ਫਰਮਾਇਆ ਸ਼ੇਲ ਜੋਗ ਅਲੂਣੀ ਚਟਿਐ ਲੰਗਰ ਚੱਲੈ ਗੁਰ ਸ਼ਬਦ ਹਰ ਟੋਟਨਾ ਆਵੀ ਖੱਟੀਐ ਖਰਚੇ ਦਿੱਤ ਕਸਮ ਦੀ ਆਪ ਖੰਦੀ ਖੈਰ ਦਵਟੀਐ ਹੋਵੇ ਸਿਫਤ ਕਸਮ ਦੀ ਨੂਰ ਅਰਸ਼ੋਂ কুরਸੋਂ ਛੱਟੀ ਐ ਤੁਧ ਡਿਠੇ ਸਚੈ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਐ ਸਚ ਜੇ ਗੁਰ ਫਰਮਾਇਆ ਕਿਉ ਇਦੋਂ ਬੋਲੋਂ ਹਟਿਐ ਪੁਤਰੀ ਕੋਲ ਨਾ ਪਾਲਿਓ ਗਰ ਪੀਰੋਂ ਕੰਨ ਮੁਰਟਿਐ ਦਿਲ ਖੋਟੈ ਆਕੀ ਫਿਰਨਾ ਬਨ ਭਾਰ ਉਚਾਇਨ ਛਟਿਐ ਜਿਨ ਅੱਖੀ ਸੋਈ ਕਰੇ ਜਿਨ ਕੀਤੀ ਤਨੈ ਠਟਿਐ ਕੌਣ ਹਾਰੇ ਕਿ ਨਾ ਉਹ ਵਟਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਭਾਈ ਬਲਵੰਡ ਜੀ ਅਤੇ ਭਾਈ ਸੱਤਾ ਜੀ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਵਾਰ ਜਿਸ ਦੀ ਆਪਾਂ ਲੜੀਵਾਰ ਵਿਚਾਰ ਆਰੰਭ ਕੀਤੀ ਹੈ ਜਿਵੇਂ ਕਿ ਆਪਾਂ ਕੱਲ ਤੱਕ ਇਸ ਵਾਰ ਦੀ ਪਹਿਲੀ ਪੌੜੀ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ ਅੱਜ ਆਪਾਂ ਦੂਸਰੀ ਪੌੜੀ ਦਾ ਪਾਠ ਸਰਵਣ ਕੀਤਾ ਹੈ ਇਹ ਪੌੜੀ ਜਿਵੇਂ ਕਿ ਜਿਹੜੇ শ্রোਤੇ ਰੋਜ਼ਾਨਾ ਸਰਵਣ ਕਰਦੇ ਨੇ ਉਹਨਾਂ ਨੂੰ ਪਤਾ ਹੈ ਕਿ ਪਹਿਲੀਆਂ ਤਿੰਨ ਪੌੜੀਆਂ ਪਾਈ ਬਲਵੰਡ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ ਤੇ ਜਿਹੜੀਆਂ ਅਖੀਰੀਆਂ ਪੰਜ ਪੌੜੀਆਂ ਨੇ ਉਹ ਭਾਈ ਸਤਾ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ ਇਹ ਦੋਨੋਂ ਮਹਾਨ ਸ਼ਖਸੀਤਾ ਪਾਈ ਬਲਵੰਡ ਜੀ ਅਤੇ ਭਾਈ ਸਤਾ ਜੀ ਜੋ ਗੁਰੂ ਪਿਆਰ ਵਿੱਚ ਭਿੱਜ ਕੇ ਗੁਰੂ ਦਰਬਾਰ ਦੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਉਥੋਂ ਦਾ ਜੋ ਸੀਨ ਹੈ ਉਹਨੂੰ ਆਪਣੇ ਸ਼ਬਦਾਂ ਵਿੱਚ ਚਿੱਤਰਦੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਵੇਂ ਇਸ ਜ਼ਿੰਮੇਵਾਰੀ ਨੂੰ ਚੱਕਦੇ ਨੇ ਉਸ ਸਾਰੀ ਘਟਨਾ ਕਰਮ ਨੂੰ ਆਪਣੇ ਲਬਜ਼ਾਂ ਵਿੱਚ ਬਿਆਨ ਕੀਤਾ ਹੈ ਤਾਂ ਜਿਹੜੇ ਗੁਣ ਜੋ ਕੁਆਲਿਟੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵਿੱਚ ਇਹਨਾਂ ਨੇ ਆਪ ਮਹਿਸੂਸ ਕੀਤੀ ਗੁਰੂ ਅੰਗਦ ਸਾਹਿਬ ਜੀ ਦੇ ਰੂਪ ਜਿਵੇਂ ਆਪਾਂ ਵਿਚਾਰ ਪਹਿਲਾਂ ਸਾਂਝੇ ਕਰ ਚੁੱਕੇ ਹਾਂ ਕਿ ਇਹ ਦੋਨੋਂ ਮਹਾਨ ਵਿਅਕਤੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਖਡੂਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਭਾਵੇਂ ਕਿ ਇਹਨਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਰੀਰਕ ਤੌਰ ਤੇ ਉਹਨਾਂ ਦੇ ਕੋਲ ਰਹਿ ਕੇ ਸੰਗਤ ਨਹੀਂ ਮਾਣੀ ਪਰ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਉਹਨਾਂ ਦੇ ਮਹਾਨ ਬਚਨਾਂ ਨੂੰ ਜਦੋਂ ਸੁਣਿਆ ਪੜ੍ਹਿਆ ਵਿਚਾਰਿਆ ਤਾਂ ਇਹ ਲਫ਼ਜ਼ ਜਿਹੜੇ ਉਹਨਾਂ ਨੇ ਦੂਸਰੀ ਪੌੜੀ ਵਿੱਚ ਬਿਆਨ ਕੀਤੇ ਨੇ ਵੀ ਜੋਤ ਉਹ ਹਾ ਜੁਗਤ ਸਾਇ ਸਹਿ ਕਾਇਆ ਫਿਰ ਪਲਟਿਏ ਵੀ ਜੋਤ ਵੀ ਉਹੋ ਹੀ ਹੈ ਜੁਗਤੀ ਵੀ ਉਹੋ ਹੀ ਹੈ ਇੰਜ ਲੱਗਦਾ ਜਿਵੇਂ ਸਿਰਫ ਸਰੀਰ ਬਦਲਿਆ ਹੋਵੇ ਸਰੀਰ ਬਦਲ ਕੇ ਗੁਰੂ ਨਾਨਕ ਸਾਹਿਬੀ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ ਸਾਡੇ ਸਾਹਮਣੇ ਬੈਠੇ ਨੇ ਜਿਨ੍ਹਾਂ ਤੋਂ ਅਸੀਂ ਬੜਾ ਕੁਝ ਸਿੱਖਿਆ ਹੈ ਜਿਨ੍ਹਾਂ ਨੇ ਸਾਡੇ ਜੀਵਨ ਨੂੰ ਇੱਕ ਪ੍ਰੇਰਣਾ ਦਿੱਤੀ ਹੈ ਤੋਂ ਬਹੁਤ ਸੋਹਣੇ ਤਰੀਕੇ ਨਾਲ ਇਥੇ ਭਾਈ ਬਲਵੰਡ ਜੀ ਨੇ ਇਸ ਪੌੜੀ ਵਿੱਚ ਬਿਆਨ ਕੀਤਾ ਉਨੇਥੇ ਜੋ ਉਹਨਾਂ ਨੇ ਨਕਸ਼ਾ ਖਿੱਚਿਆ ਉਹ ਬਾ ਕਮਾਲ ਹੈ ਬਾਈ ਬਲਵੰਤ ਜੀ ਫਰਮਾਉਂਦੇ ਨੇ ਕਹਿੰਦੇ ਲੈਹਣੇ ਦੀ ਫੇਰਾਈ ਹੈ ਹੁਣ ਤੁਸੀਂ ਵੇਖੋ ਵੀ ਇੱਥੇ ਗੁਰੂ ਅੰਗਦ ਸਾਹਿਬ ਜੀ ਦੇ ਪਹਿਲੇ ਨਾਮ ਦਾ ਜ਼ਿਕਰ ਹੈ ਇਥੇ ਲੈਣਾ ਉਹਨਾਂ ਦਾ ਪਹਿਲਾ ਨਾਮ ਹੈ ਜਿਵੇਂ ਕਿ ਜਦੋਂ ਅਸੀਂ ਗੁਰੂ ਅੰਗਦ ਸਾਹਿਬ ਜੀ ਦੇ ਪਿਸ਼ੋਕੜਵਾਲ ਵੇਖਦੇ ਆ ਤਾਂ ਉਹਨਾਂ ਦਾ ਜਨਮ 18 ਅਪ੍ਰੈਲ 1504 ਦੇ ਵਿੱਚ ਜੋ ਮੱਤੇ ਦੀ ਸਰਾਂ ਜ਼ਿਲ੍ਹਾ ਮੁਕਸਰ ਦੇ ਵਿੱਚ ਹੈ ਉੱਥੇ ਹੁੰਦਾ ਹੈ ਪਿਤਾ ਦਾ ਨਾਮ ਉਹਨਾਂ ਦੇ ਫਿਰੂਮੱਲ ਹੈ ਮਾਤਾ ਦਇਆ ਕੌਰ ਦੀ ਕੁਖੋਂ 18 April 1504 ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਬਾਬਾ ਲਹਿਣਾ ਜੀ ਦਾ ਫਿਰ ਇਹੋ ਬਾਬਾ ਲਹਿਣਾ ਜੀ 1519 ਦੇ ਵਿੱਚ ਇਹਨਾਂ ਦਾ ਆਨੰਦ ਕਾਰਜ ਮਾਤਾ ਖੀਵੀ ਜੀ ਦੇ ਨਾਲ ਜੋ ਭਾਈ ਦੇਵੀ ਚੰਦ ਜੀ ਦੀ ਸੁਪਤਰੀ ਹੈ ਮਤਾ ਖੀਬੀ ਜੀ ਉਹਨਾਂ ਦੇ ਨਾਲ ਹੁੰਦਾ ਹੈ ਇਹਨਾਂ ਦੇ ਘਰ ਫਿਰ ਦੋ بیٹے ਦਾਤੂ ਜੀ ਦਾਸੂ ਜੀ ਅਤੇ ਦੋ ਬੇਟੀਆਂ ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ ਦੋ ਬੇਟੀਆਂ ਤੇ ਦੋ ਪੁੱਤਰਾਂ ਦਾ ਜਨਮ ਇਹਨਾਂ ਦੇ ਘਰ ਵਿੱਚ ਹੁੰਦਾ ਹੈ ਧੰਗੁਰੂ ਅੰਗਦ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਬਣਦੇ ਨੇ 1539 ਵਿੱਚ 1532 ਵਿੱਚ ਪਹਿਲੀ ਵਾਰ ਹੀ ਧੰਗੁਰੂ ਨਾਨਕ ਸਹਿਬ ਜੀ ਮਹਾਰਾਜ ਨੂੰ ਮਿਲਦੇ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਦੋਂ ਇਹ ਵੈਸ਼ਨੂ ਦੇਵੀ ਦੇ ਜਾਂਦੇ ਸਨ ਭਾਈ ਜੋਧ ਕੋਲੋਂ ਬਾਣੀ ਸੁਣੀ ਮਨ ਪ੍ਰਭਾਵਿਤ ਹੋਇਆ ਐਸਾ ਨਹੀਂ ਵੀ ਉਹ ਜਾਣਦੇ ਨਹੀਂ ਹੋਣਗੇ ਭਾਈ ਜੋਧ ਕੋਲੋਂ ਬਾਣੀ ਸੁਣਨ ਤੋਂ ਬਾਅਦ ਜਿਹੜੀ ਖੇਚ ਅੰਦਰ ਪਈ ਹੈ ਜਿਹੜੀ ਅੰਦਰ ਜਿਹਨੂੰ ਆਪਾਂ ਇਦਾਂ ਵੀ ਕਹਿ ਸਕਦੇ ਹਾਂ ਵੀ ਤੇਰਵੀ ਸੀ ਦੀਵਾ ਵੀ ਸੀ ਰੂਨ ਦੀ ਵੱਟੀ ਵੀ ਸੀ ਸਿਰਫ ਇੱਕ ਅਗ ਲਾਉਣ ਵਾਲੀ ਸੀ ਪੂਰਾ ਅੰਦਰ ਦਾ ਉਹ ਸਿਸਟਮ ਤਿਆਰ ਸੀ ਬਾਬਾ ਲਹਿਣਾ ਜੀ ਦੇ ਅੰਦਰ ਜਿਹੜੀ ਉਹ ਇੰਨੀ ਛੇਤੀ ਕਿੰਨੇ ਦੂਰੰਦੇਸ਼ੀ ਹੋਣਗੇ ਕਿੰਨਾ ਰੋਸ਼ਨ ਦਿਮਾਗ ਹੋਏਗਾ ਜੋ 1532 ਤੋਂ ਲੈ ਕੇ 1539 ਤੱਕ ਸੱਤਾਂ ਸਾਲਾਂ ਵਿੱਚ ਉਹ ਗੁਰਨਾਨ ਸਿੰਘ ਜੀ ਦੀ ਹਰ ਉਸ ਗੱਲ ਨੂੰ ਧਿਆਨ ਨਾਲ ਸੁਣਿਆ ਸਮਝਿਆ ਵਿਚਾਰਿਆ ਤੇ ਫਿਰ ਉਹ ਬਾਬਾ ਲਹਿਣਾ ਜੀ ਤੋਂ ਗੁਰੂ ਅੰਗਦ ਸਹਿ ਬਣ ਕੇ 63 ਸਲੋਕ ਫਿਰ ਉਹ ਆਪਣੀ ਦਸਨਾ ਤੋਂ ਉਚਾਰਨ ਕਰਦੇ ਨੇ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 63 ਸਲੋਕ ਨੇ ਸ਼ਬਦ ਉਹਨਾਂ ਦਾ ਨਹੀਂ ਹੈ ਜਿਵੇਂ 2 2 3 3 4 4 ਬੰਦਾਂ ਦੇ ਸ਼ਬਦ ਬਾਕੀ ਗੁਰੂ ਵਿਅਕਤੀਆਂ ਨੇ ਵਿਚਾਰਨ ਕੀਤੇ ਨੇ ਬਾਬਾ ਲਹਿਣਾ ਜੀ ਦੇ ਜਦੋਂ ਗੁਰੂ ਅੰਗਦ ਸਾਹਿਬ ਜੀ ਬਣਦੇ ਨੇ ਉਹਨਾਂ ਦੇ ਸਿਰਫ 63 ਸ਼ਲੋਕ ਨੇ ਤੋ ਇਹ ਜਿਹੜੀਆਂ ਪੌੜੀਆਂ ਨੇ ਇਹਨਾਂ ਵਿੱਚ ਬਾਬਾ ਲਹਿਣਾ ਜੀ ਤੋਂ ਗੁਰੂ ਅੰਗਦ ਸਾਹਿਬ ਜੀ ਦਾ ਜਿਹੜਾ ਸਫ਼ਰ ਉਹਨਾਂ ਨੇ ਤੈਅ ਕੀਤਾ ਉਸ ਸਾਰੀ ਘਟਨਾ ਕਰਮ ਨੂੰ ਉਹਨਾਂ ਨੇ ਆਪਣੇ ਸ਼ਬਦਾਂ ਵਿੱਚ ਪਾਈ ਬਲਵੰਡ ਜੀ ਨੇ ਬਿਆਨ ਕੀਤਾ ਕਹਿੰਦੇ ਲੈਣੇ ਦੀ ਫੇਰਾਈ ਹੈ ਕਹਿੰਦੇ ਵੀ ਭਾਈ ਲੈਣਾ ਜੀ ਭਾਵ ਜੋ ਜੇ ਗੁਰੂ ਅੰਗਦ ਸਿਰ ਸੱਚੇ ਪਾਤਸ਼ਾਹ ਜਦੋਂ ਬਣਦੇ ਨੇ ਉਹਨਾਂ ਦੀ ਜਿਹੜੀ ਧੁੰਮ ਹੈ ਉਹਨਾਂ ਦੀ ਜਿਹੜੀ ਵਿਚਾਰ ਹੈ ਕਹਿੰਦੇ ਜਿਹੜੀ ਉਹਨਾਂ ਦੇ ਵਿੱਚ ਉਹ ਕੁਆਲਿਟੀ ਗੁਣ ਪੈਦਾ ਹੋਏ ਨੇ ਕਹਿੰਦੇ ਵੀ ਉਹ ਜਿਹੜੀ ਸਾਰੇ ਬੰਨੇ ਉਹ ਧੁੰਮ ਪੈ ਗਈ ਹੈ ਸਾਰੇ ਬੰਨੇ ਉਸ ਚਰਚਾ ਕਾਦੀ ਗੁਣਾ ਦੀ ਹੈ ਜਿਹੜੀ ਬਾਬਾ ਲੈਣਾ ਜੀ ਅੰਦਰ ਉਹ ਜੋਤ ਟਿਕੀ ਹੈ ਜਿਹੜੇ ਗੁਣ ਟਿਕੇ ਨੇ ਜਿਹੜੀ ਅੰਦਰ ਜ਼ਿੰਮੇਵਾਰੀ ਟਿਕੀ ਹੋਈ ਹੈ ਕਹਿੰਦੇ ਉਹਦੀ ਚਰਚਾ ਹੋਈ ਹੈ ਕਿਉਂ ਕਿਉਂਕਿ ਅੰਦਰ ਗੱਲ ਸਾਰੀ ਖੇੜ ਦੀ ਜਿਵੇਂ ਆਪਾਂ ਬਾਣੀ ਚ ਪਹਿਲਾਂ ਵੀ ਪੜਦੇ ਆ ਵੀ ਇਨਸਾਨ ਦੀ ਕਦਰ ਨਹੀਂ ਇਨਸਾਨ ਦੇ ਅੰਦਰ ਪੈਦਾ ਹੋਏ ਗੁਣਾ ਦੀ ਕਦਰ ਹੈ ਵੈਸੇ ਜਦ ਆਪਾਂ ਬਾਣੀ ਵਿੱਚ ਜਦੋਂ ਵਾਕ ਪੜ੍ਹਦੇ ਵੀ ਦੁੱਧ ਬਿਨ ਧੇਨ ਪੰਖ ਬਿਨ ਪੰਖੀ ਜਲ ਬਿਨ ਉਹ ਤੋਂ ਉਹ ਤੋਂ ਕੋਈ ਕਾਮ ਨਹੀਂ ਕਿਆ ਸੁਲਤਾਨ ਸਲਾਮ ਵੀ ਹੋਣਾ ਅੰਧੀ ਕੋਠੀ ਤੇਰਾ ਨਾਮ ਨਹੀਂ ਸਾਰੀ ਖੇੜ ਗੁਣਾ ਦੀ ਹੈ ਹੁਣ ਬਾਬਾ ਲੈਣਾ ਜੀ ਵਿੱਚ ਜਦੋਂ ਧੰਗੁਰੂ ਅੰਗਦ ਸਾਹਿਬ ਜੀ ਬਣਦੇ ਉਹਨਾਂ ਵਿੱਚ ਇਹ ਗੁਣ ਪੈਦਾ ਹੋਏ ਲੈਣੇ ਦੀ ਫਰਾਈ ਹੈ ਨਾਨਕਾ ਦੋਹੀ ਖੱਟੀ ਹੈ ਕਹਿੰਦੇ ਵੀ ਜਿਹੜੀ ਇਹ ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਖੱਟੀ ਕੀਤੀ ਧਨ ਨਾਨ ਨ ਤੇਰੀ ਵੱਡੀ ਕਮਾਈ ਵੱਡਾ ਪੁਰਖ ਪ੍ਰਗਟਿਆ ਕਾਲ ਯੁਗ ਅੰਦਰ ਜੋ ਜਗਾਈ ਜਿਹੜੀ ਧਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖੱਟੀ ਕੀਤੀ ਹੈ ਜਿਹੜੀ ਕਮਾਈ ਕੀਤੀ ਹੈ ਉਸ ਕਮਾਈ ਦੀ ਬਦੌਲਤ ਅੱਜ ਬਾਬਾ ਲੈਣਾ ਜੀ ਦੇ ਅੰਦਰ ਵੀ ਉਹ ਵਿਚਾਰ ਟਿਕੀ ਆ ਤੇ ਉਸ ਵਿਚਾਰ ਕਰਕੇ ਉਸ ਕਮਾਈ ਕਰਕੇ ਅੱਜ ਲਾਕੇ ਵਿੱਚ ਚਰਚਾ ਹੈ ਕਹਿੰਦੇ ਨਾਨਕਾ ਦੋਹੀ ਖੱਟੀਆਂ ਜਿਹੜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਮਾਈ ਕੀਤੀ ਸੀ ਜਿਹੜੀ ਉਹਨਾਂ ਦੇ ਵਿੱਚ ਉਹ ਗੁਨਾ ਦੀ ਦਾਤ ਸੀ ਜਿਹੜੀ ਰੱਬੀ ਬਖਸ਼ਿਸ਼ ਲੈ ਕੇ ਉਹ ਸੰਸਾਰ ਤੇ ਆਏ ਨੇ ਜਿਹਦੇ ਨਾਲ ਉਹਨਾਂ ਦੁਨੀਆ ਦੇ ਲਾਗੇ ਛਾਗੇ ਰੋਸ਼ਨੀ ਕੀਤੀ ਪਹਿਲਾਂ ਬਾਬੇ ਪਾਇਆ ਬਖਸ਼ਦਾਰ ਪਿਛੋਂ ਦੇ ਫਿਰ ਘਾਲ ਕਮਾਈ ਜਿਹੜੀ ਉਹਨਾਂ ਨੇ ਇਹ ਮਿਹਨਤ ਆਪਣੀ ਜ਼ਿੰਦਗੀ ਵਿੱਚ ਕੀਤੀ ਤੇ ਅੱਜ ਉਸ ਗੁਨਾ ਕਰਕੇ ਉਸ ਰੱਬੀ ਦਾਤ ਕਰਕੇ ਅੱਜ ਬਾਬਾ ਲੈਣਾ ਜੀ ਦੀ ਵੀ ਧੰਨ ਗੁਰੂ ਅੰਗਰਸਾਹਿਬ ਬਣ ਵਖਤ ਇਹ ਫਿਰ ਜਿਹੜੀ ਇਲਾਕੇ ਵਿੱਚ ਚਰਚਾ ਹੁੰਦੀ ਹੈ ਫਿਰ ਕਹਿੰਦੇ ਵੀ ਇਹ ਹੋਇਆ ਕਿਉਂ ਸਵਾਲੇ ਪੈਦਾ ਹੁੰਦਾ ਵੀ ਅੱਜ ਗੁਰੂ ਨਾਨਕ ਸਾਹਿਬ ਬਾਰੇ ਪਿਆਪਾ ਇਹ ਸ਼ਬਦ ਸੁਣਦੇ ਆ ਵੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਬਾਬਾ ਲਹਿਣਾ ਜੀ ਦੀ ਗੁਰੂ ਅੰਗਦ ਸਾਹਿਬ ਬਣ ਤੋਂ ਬਾਅਦ ਇਹ ਚਰਚਾ ਕਿਉਂ ਹੋਈ ਕਿਉਂਕਿ ਉਹ ਕਹਿੰਦੇ ਸਾਨੂੰ ਫਰਕ ਹੀ ਕੋਈ ਨਹੀਂ ਲੱਗਾ ਹੁਣ ਕਿੰਨੀ ਸੋਹਣੀ ਉਸ ਵਕਤ ਦੀ ਉਹਨਾਂ ਤਸਵੀਰ ਖਿੱਚੀ ਹੈ ਕਹਿੰਦੇ ਜੋਤੋਹਾਵਾ ਜਿਵੇਂ ਆਪਾਂ ਪਹਿਲਾਂ ਵੀ ਵਿਚਾਰ ਕਰ ਚੁੱਕੇ ਹਾਂ ਜਦੋਂ ਆਪਾਂ ਭੂਮਿਕਾ ਦੇ ਵਿੱਚ ਵਿਚਾਰ ਸਾਂਝੀ ਕੀਤੀ ਸੀ ਕਿ ਲੋਕ ਕੰਪੈਰੀਸ਼ਨ ਕਰਦੇ ਹਮੇਸ਼ਾ ਪੈਂਚ ਸਰਪੰਚ ਦੀ ਤੁਲਨਾ ਕਰਦੇ ਆ ਜੇ ਕਿਸੇ ਸਕੂਲ ਚ ਪ੍ਰਿੰਸੀਪਲ ਹੋਵੇ ਲੋਕ ਉਹਦਾ ਕੰਪੈਰੀਸ਼ਨ ਕਰਦੇ ਵੀ ਪਹਿਲਾ ਚੰਗਾ ਸੀ ਇਹ ਨਹੀਂ ਚੰਗਾ ਜਾਂ ਇਹ ਚੰਗਾ ਜਾਂ ਪਹਿਲਾਂ ਨਹੀਂ ਸੀ ਚੰਗਾ ਕਹਿੰਦੇ ਵੀ ਭਾਈ ਬਲਵੰਡ ਜੀ ਇੱਥੇ ਲਿਖਦੇ ਆ ਕਹਿੰਦੇ ਵੀ ਫਰਕ ਕੋਈ ਨਹੀਂ ਲੱਗਾ ਸਾਨੂੰ ਕਿਉਂਕਿ ਜੋ ਤੋਹਾ ਜੁਗਤ ਸਾਇ ਸ਼ਹਿਕ ਆਇਆ ਫਿਰ ਪਲਟੀਏ ਕਹਿੰਦੇ ਵੀ ਬਾਹਰ ਦਾ ਸਿਰਫ ਰੂਪ ਬਦਲਿਆ ਇਦਾਂ ਲੱਗਦਾ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਹੀ ਗੁਰੂ ਅੰਗਦ ਸਾਹਿਬ ਦੇ ਅੰਦਰ ਆਣ ਕੇ ਬੈਠ ਗਏ ਹੋਣ ਜਾਨੂ ਕਿ ਸਾਨੂੰ ਕੋਈ ਫਰਕ ਲੱਗਾ ਨਹੀਂ ਜੋਤੋਹਾ ਜੁਗਤ ਸਾਇ ਸਹਿ ਕਾਇਆ ਫਿਰ ਪਲਟੀਏ ਤੋ ਇਸ ਕਰਕੇ ਕਿਉਂਕਿ ਜੋਤ ਜੁਗਤ ਉਹ ਹੀ ਕਿਉਂਕਿ ਭਾਈ ਬਲਵੰਦ ਜੀ ਤੇ ਭਾਈ ਸਤਾ ਜੀ ਇਹ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਚ ਆਉਂਦੇ ਨੇ ਤੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੱਕ ਉਹ ਇਸ ਸੰਸਾਰ ਤੇ ਰਹਿੰਦੇ ਨੇ ਭਾਈ ਬਲਵੰਦ ਜੀ ਤੇ ਭਾਈ ਸਤਾ ਜੀ ਹੁਣ ਉਹਨਾਂ ਨੇ ਉਹ ਬਹੁਤ ਸੋਹਣੇ ਤਰੀਕੇ ਨਾਲ ਉਸ ਤਸਵੀਰ ਨੂੰ ਖਿੱਚਿਆ ਕਿਹਦੇ ਜੋਤੋਹਾ ਜਾਨੀ ਕਿ ਵਿਚਾਰ ਧਾਰਾ ਜੁਗਤ ਜਾਨੀ ਕਿ ਕੰਮ ਕਰਨ ਦੀ ਜੁਗਤੀ ਵੀ ਉਹੋ ਹੀ ਹੈ ਸਮੇਂ ਸਮੇਂ ਤੇ ਕੰਮ ਕੀਤੇ ਲੰਗਰ ਪ੍ਰਸਾ ਚਲਾਈ ਉਹ ਅੱਗੇ ਜਾ ਕੇ ਆਪਾਂ ਪੜਾਂਗੇ ਜੋਤੋਹਾ ਜੁਗਤ ਸਾਇ ਸਹਿ ਕਾਇਆ ਫਿਰ ਪਲਟੀਏ ਕਿਹਦੇ ਝੁੱਲੈ ਸੋ ਸ਼ਤ ਨਰੰਜਣੀ ਅੱਜ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਸਿਰ ਦੇ ਉੱਪਰ ਅੱਜ ਨਰੰਜਣੀ ਛਤਰ ਝੁੱਲ ਰਿਹਾ ਜਾਨੀ ਕਿ ਜਿਹੜੀ ਉਹਨਾਂ ਦੀ ਸ਼ੋਭਾ ਵਾ ਨਾ ਉਹ ਸ਼ੋਭਾ ਉਹਨਾਂ ਗੁਣਾ ਕਰਕੇ ਆ ਜਿਹੜੇ ਗੁਣਾ ਨਾਲ ਉਹਨਾਂ ਸਾਂਝ ਪਾਇਆ ਜਿਸ ਰੱਬੀ ਦਾਤ ਨਾਲ ਉਹਨਾਂ ਦੀ ਸੁਰਤ ਜੁੜੀ ਹੋਈ ਆ ਨਾ ਕਹਿੰਦੇ ਉਹਨਾਂ ਗੁਨਾ ਕਰਕੇ ਅੱਜ ਸਿਰ ਤੇ ਉਹਨਾਂ ਦੇ ਛਤਰ ਝੁੱਲ ਰਿਹਾ ਦੁਨਿਆਵੀ ਲੋਕਾਂ ਦੇ ਸਿਰਾਂ ਤੇ ਜਿਹੜੇ ਬਾਦਸ਼ਾਹ ਲੋਕ ਹੁੰਦੇ ਉਹਨਾਂ ਦੇ ਜਿਹੜੇ ਛਤਰ ਝੁੱਲਦੇ ਆ ਨਾ ਉਹ ਮੋਤਾਜ ਹੁੰਦੇ ਆ ਕਿਸੇ ਦੀ ਪਬਲਿਕ ਨੇ ਬਣਾਏ ਹੁੰਦੇ ਆ ਫਿਰ ਅੱਜ ਅੱਜ ਛਤਰ ਹੈਗਾ ਕੱਲ ਨੂੰ ਨਹੀਂ ਹੋਣਾ ਪਰ ਕਿਹਦੇ ਜਿਹੜਾ ਇਹ ਛਤਰ ਆ ਨਾ ਇਹ ਰੱਬੀ ਗੁਨਾ ਦਾ ਛਤਰ ਆ ਇਹ ਉਸ ਮਾਲਕ ਦਾ ਛਤਰ ਆ ਝੁੱਲੈ ਸੋ ਛਤ ਨਰੰਜਣੀ ਕਹਿੰਦੇ ਮਲ ਤਖਤ ਬੈਠਾ ਮਲਕੇ ਤਖਤ ਬੈਠਾ ਗੁਰ ਹਟੀਆ ਗੁਰ ਹਟੀਆ ਦਾ ਅਰਥ ਕੀ ਆ ਜਿਹੜੀ ਹੱਟੀ ਕਦੀ ਗੁਰਨਾਨ ਸਾਹਿਬ ਨੇ ਖੋਲੀ ਸੀ ਨਾ ਗੁਣਾ ਦੀ ਅੱਜ ਉਸ ਹੱਟੀ ਨੂੰ ਮਲਕੇ ਉਸ ਤਖਤ ਦੇ ਉੱਤੇ ਗੁਰੂ ਅੰਗਦ ਸਾਹਿਬ ਬਾਬਾ ਲੈਣਾ ਜੀ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ ਭਾਵ ਗੁਰਨਾਨ ਸਾਹਿਬ ਮਹਾਰਾਜ ਵੀ ਉਸ ਮਹਾਨ ਸ਼ਖਸੀਅਤ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜੋ ਸਮਝਿਆ ਜੋ ਪੜ੍ਹਿਆ ਵਿਚਾਰਿਆ ਜੋ ਉਹਨਾਂ ਨੇ ਉਹ ਰੱਬੀ ਗੁਣ ਗੁਰਨਾਨ ਸਾਹਿਬ ਜੀ ਦੇ ਕੋਲੋਂ ਸਿੱਖੇ ਕਹਿੰਦੇ ਐਂਜ ਲੱਗਦਾ ਜਿਵੇਂ ਜਿਹੜਾ ਹੱਟ ਗੁਰੂ ਨਾਨਕ ਸਾਹਿਬ ਜੀ ਨੇ ਖੋਲਿਆ ਸੀ ਨਾ ਕਹਿੰਦੇ ਅੱਜ ਗੁਰੂ ਨਾਨਕ ਸਾਹਿਬ ਜੀ ਹੀ ਦਾਇਰੂਪ ਲੈ ਕੇ ਅੱਜ ਬਾਬਾ ਲਹਿਣਾ ਜੀ ਉਸ ਤਖਤ ਦੇ ਉੱਤੇ ਉਸ ਹੱਟੀ ਦੇ ਉੱਤੇ ਬੈਠੇ ਹੋਏ ਨੇ ਤੇ ਫਿਰ ਸੌਦਾ ਵੰਡ ਰਹੇ ਨੇ ਧਿਆਨ ਨਾਲ ਸੁਣਿਓ ਉਹ ਗੁਣਾ ਦਾ ਸੌਦਾ ਇੱਥੇ ਲਿਖਿਆ ਵੀ ਕਰਾਂ ਜੇ ਗੁਰੂ ਫਰਮਾਇਆ ਉਹ ਕੰਮ ਕਰ ਰਹੇ ਨੇ ਜੋ ਗੁਰੂ ਨੇ ਉਹਨਾਂ ਨੂੰ ਫਰਮਾਇਆ ਜੋ ਗੁਰੂ ਨੇ ਉਹਨਾਂ ਨੂੰ ਹੁਕਮ ਕੀਤਾ ਹੈ ਜੋ ਗੁਰੂ ਨੇ ਉਹਨਾਂ ਨੂੰ ਰਾਹ ਦੱਸਿਆ ਹੈ ਜੋ ਗੁਰੂ ਨੇ ਉਹਨਾਂ ਦਾ ਜੀਵਨ ਨੂੰ ਸਹੀ ਬਣਾਉਣ ਵਾਸਤੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ ਅੱਜ ਬਾਬਾ ਲੈਣਾ ਜੀ ਜਦੋਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਬਣਦੇ ਨੇ ਕਹਿੰਦੇ ਉਹਨਾਂ ਨੇ ਇਹ ਸਫ਼ਰ ਤੈਅ ਕਿਦਾਂ ਕੀਤਾ ਉਹਨਾਂ ਨੇ ਇੱਕ ਇੱਕ ਬਚਨ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਨਿਕਲਿਆ ਹੋਇਆ ਕਮਾਇਆ ਸਮਝਿਆ ਪੜਿਆ ਵਿਚਾਰਿਆ ਤੇ ਆਪਣੇ ਜੀਵਨ ਦੇ ਵਿੱਚ ਹੰਡਾਇਆ ਕਰੇ ਜੇ ਗੁਰ ਫਰਮਾਇਆ ਕਹਿੰਦੇ ਸੇਲ ਜੋਗ ਅਲੂਣੀ ਚਟੀ ਗੁਰੂ ਦੀ ਕਹੀ ਹੋਈ ਗੱਲ ਨੂੰ ਜ਼ਿੰਦਗੀ 'ਚ ਕਮਾਉਣਾ ਉਹਨੂੰ ਲਾਗੂ ਕਰਨਾ ਜ਼ਿੰਦਗੀ 'ਚ ਇਹ ਕਹਿਣ ਲੱਗੇ ਅਲੂਣੀ ਸਿਲ ਦੇ ਬਰਾਬਰ ਸੀ ਸਿਲ ਜੋਗ ਅਲੂਣੀ ਚੱਟੀ ਹੈ ਹੁਣ ਧਿਆਨ ਨਾਲ ਸੁਣੇ ਇਸ ਗੱਲ ਨੂੰ ਕਹਿਣ ਲੱਗੇ ਜੋ ਗੁਰੂ ਨੇ ਹੁਕਮ ਕੀਤਾ ਸਿਲ ਦਾ ਅਰਥ ਹੁੰਦਾ ਵਾ ਕਿ ਅਲੂਣੀ ਸਿਲ ਭਾਵ ਬਹੁਤ ਕਰੜਾ ਕੰਮ ਸਖਤ ਕੰਮ ਜਿਹੜਾ ਕੰਮ ਹਾਰੀ ਸਾਰੀ ਵਿਅਕਤੀ ਨਹੀਂ ਕਰ ਸਕਦਾ ਕਿਉਂਕਿ ਜੋ ਗੁਰੂ ਨੇ ਹੁਕਮ ਕੀਤਾ ਜੋ ਗੁਰੂ ਨੇ ਰਾਹ ਵਿਖਾਇਆ ਉਸ ਰਾਹ ਤੇ ਤੁਰ ਲਗਿਆ ਸਭ ਤੋਂ ਪਹਿਲਾਂ ਬੰਦੇ ਨੂੰ ਕਿਹਦੇ ਨਾਲ ਲੜਨਾ ਪੈਣਾ ਆਪਣੇ ਆਪ ਨਾਲ ਜੇ ਤੁਹਾਨੂੰ ਗੁਰੂ ਦੇ ਰਸਤੇ ਤੇ ਤੁਰਨਾ ਹੈ ਤੁਸੀਂ ਦੂਰ ਨਹੀਂ ਦੂਰ ਕੀ ਜਾਣਾ ਡਾਕਟਰ ਦੀ ਗੱਲ ਛੱਡੋ ਤੁਸੀਂ ਤੁਸੀਂ ਇੱਕ ਗੁਰੂ ਦੀ ਗੱਲ ਛੱਡੋ ਇੱਕ ਡਾਕਟਰ ਦੇ ਕਹੇ ਹੋਏ ਗੱਲ ਵੀ ਜੇ ਬੰਦੇ ਨੇ ਆਪਣੀ ਜ਼ਿੰਦਗੀ 'ਚ ਲਾਗੂ ਕਰਨੀ ਆ ਨਾ ਮਤਲਬ ਡਾਕਟਰ ਨੇ ਕਿਹਾ ਵੀ ਤੈਨੂੰ ਆਹ ਬਿਮਾਰੀ ਆ ਤੇ ਆਪਰੇਜ ਕਰਨਾ ਪੈਣਾ ਹੈ ਡਾਕਟਰ ਦੀ ਕਹੀ ਹੋਈ ਗੱਲ ਨੂੰ ਮੰਨਣ ਵਾਸਤੇ ਵੀ ਨਾ ਮਰੀਜ਼ ਨੂੰ ਆਪਣੇ ਆਪ ਨਾਲ ਲੜਨਾ ਪੈਣਾ ਜਿਹੜੀਆਂ ਦੀਆਂ ਮਨ ਨੂੰ ਚੰਗੀਆਂ ਲੱਗਣ ਵਾਲੀਆਂ ਚੀਜ਼ਾਂ ਨੇ ਨਾ ਉਹਨੂੰ ਸਭ ਤੋਂ ਪਹਿਲਾਂ ਉਹਨਾਂ ਦਾ ਤਿਆਗ ਕਰਨਾ ਪੈਣਾ। ਕਈ ਵਾਰੀ ਜਿਹੜੀਆਂ ਚੀਜ਼ਾਂ ਸਭ ਤੋਂ ਵਧੀਆ ਲੱਗਦੀਆਂ, ਸਵਾਦ ਲੱਗਦੀਆਂ, ਰੋਗ ਵਧਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਉਹਨਾਂ ਵਸਤੂਆਂ ਦਾ ਹੁੰਦਾ। ਉਹਨੂੰ ਫਿਰ ਆਪਣੇ ਉਹ ਚਸਕੇ ਤਿਆਗਣੇ ਪੈਂਦੇ ਆ। ਫਿਰ ਉਹ ਕਹਿੰਦਾ ਜੇ ਠੀਕ ਹੋਣਾ ਤੇ ਭਾਈ ਸਭ ਤੋਂ ਪਹਿਲਾਂ ਤੈਨੂੰ ਆਪਣੇ ਆਪ ਨਾਲ ਲੜਨਾ ਪੈਣਾ। ਬਾਣੀ 'ਚ ਇਸੇ ਕਰਕੇ ਅਨੇਕਾਂ ਪ੍ਰਮਾਣ ਦਿੱਤੇ ਹੋਏ ਨੇ ਗੁਰੂ ਸਾਹਿਬ ਨੇ ਵੀ ਮਨ ਜੀਤਾ ਜਗ ਜੀਤ ਜਾਂ ਜੋ ਜਨ ਲੂਜੇ ਮਨੇ ਸਿਓ ਸੇ ਪੂਰੇ। ਪ੍ਰਧਾਨ ਇਦਾਂ ਦੇ ਸ਼ਬਦ ਵਰਤੇ ਆ ਹੁਣ ਇੱਥੇ ਸ਼ਬਦ ਵਰਤੇ ਆ ਝੁੱਲੈ ਉਸ ਛੱਤ ਨਰੰਜਨੀ ਮਲ ਤਖਤ ਬੈਠਾ ਅੱਜ ਉਸ ਤਖਤ ਨੂੰ ਮਲ ਕੇ ਬੈਠੇ ਗੁਰ ਹੱਟੀਏ ਗੁਰੂ ਦੀ ਉਸ ਹੱਟੀ ਦੇ ਵਿੱਚ ਬੈਠੇ ਆ ਤੇ ਇੱਥੋਂ ਤੱਕ ਪਹੁੰਚਣ ਲਈ ਕਰਨਾ ਕੀ ਪਿਆ ਉਹਨਾਂ ਨੂੰ ਐਵੇਂ ਨਹੀਂ ਬਹਿ ਕੇ ਕਹਿੰਦੇ ਕਹਿੰਦੇ ਕਰੇ ਜੇ ਗੁਰ ਫਰਮਾਇਆ ਬਸ ਆ ਫਰਕ ਸੀ ਵੀ ਜੇ ਅੱਜ ਉਸ ਹੱਟੀ ਦੇ ਮਾਲਕ ਬਣਿਆ ਜੇ ਉਸ ਤਖਤ ਦੇ ਉੱਤੇ ਬੈਠੇ ਹੋਏ ਆ ਕਹਿੰਦੇ ਉਹਦੇ ਪਿੱਛੇ ਇੱਕ ਵਜ੍ਹਾ ਸੀ ਸੇਲ ਜੋਗ ਅਲੂਣੀ ਚੱਟੀ ਅਲੂਣੀ ਸੇੜ ਭਾਵ ਅਲੂਣੀ ਸੇੜ ਚੱਟਣ ਦੇ ਭਾਵ ਕੇ ਬਹੁਤ ਕਰੜਾ ਕੰਮ ਸਖਤ ਕੰਮ ਜਿਹੜਾ ਆਪਣੇ ਆਪ ਨਾਲ ਲੜਨ ਵਾਲਾ ਕੰਮ ਉਹਨਾਂ ਨੇ ਕੀਤਾ ਤੇ ਆਪਣੇ ਵਿੱਚ ਉਹ ਕੁਆਲਿਟੀ ਗੁਣ ਪੈਦਾ ਕੀਤੇ ਆਪਣੇ ਦੇ ਵਿੱਚ ਉਹ ਵਿਚਾਰਾਂ ਲੈ ਕੇ ਆਏ ਜਿਹੜਾ ਕੰਮ ਕਦੀ ਉਹ ਵੈਸ਼ਨੂ ਦੇਵੀ ਦੇ ਘੁੰਗਰੂ ਬਣ ਕੇ ਨੱਚ ਕੇ ਕਰਿਆ ਕਰਦੇ ਸੀ ਅੱਜ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਆਉਂਦੇ ਨੇ ਜੋ ਜੋ ਉਹਨਾਂ ਨੂੰ ਹੁਕਮ ਗੁਰੂ ਪਾਤਸ਼ਾਹ ਵੱਲੋਂ ਹੋਇਆ ਜੋ ਜੋ ਉਹਨਾਂ ਨੇ ਰੱਬੀ ਦਾਤ ਗੁਰੂ ਪਾਤਸ਼ਾਹ ਜੀ ਦੇ ਕੋਲੋਂ ਪ੍ਰਾਪਤ ਕੀਤੀ ਉਹਦੇ ਅਨੁਸਾਰ ਆਪਣੇ ਆਪ ਨੂੰ ਢਾਲਣ ਦਾ ਉਹਨਾਂ ਨੇ ਯਤਨ ਕੀਤਾ ਕਹਿੰਦੇ ਕਮਾਲ ਦੀ ਗੱਲ ਆ ਜੋ ਉਸ ਹੱਟ ਤੇ ਬੈਠੇ ਆ ਤੇ ਫਿਰ ਲੰਗਰ ਚੱਲਿਆ ਗੁਰ ਸ਼ਬਦ ਹਰ ਵੇਖੋ ਲੰਗਰ ਹੁਣ ਲੰਗਰ ਸ਼ਬਦ ਵਰਤਿਆ ਇੱਥੇ ਹੁਣ ਜਿਵੇਂ ਲੰਗਰ ਜਿਹੜਾ ਮਰਜ਼ੀ ਆਣ ਕੇ ਕੋਈ ਛਕ ਲੈ ਜਦੋਂ ਲੰਗਰ ਲੱਗਾ ਹੁੰਦਾ ਨਾ ਲੰਗਰ ਚ ਕੋਈ ਊਚ ਨੀਚ ਨਹੀਂ ਕੋਈ ਛੋਟਾ ਵੱਡਾ ਨਹੀਂ ਕੋਈ ਜਾਤ ਪਾਤ ਨਹੀਂ ਜਿਹੜਾ ਮਰਜ਼ੀ ਪੰਗ ਵਿੱਚ ਬਹਿ ਕੇ ਪ੍ਰਸ਼ਾਦਾ ਛਕ ਲੈ ਹੁਣ ਇਹ ਬੜੀਆਂ ਵੱਡੀਆਂ ਸੰਸਥਾਵਾਂ ਸੀ ਲੰਗਰ ਇੱਕ ਸੰਸਥਾ ਵਾ ਆਪਣੇ ਆਪ ਚ ਜਿਹੜੀ ਲੰਗਰ ਆ ਨਾ ਵੀ ਇੱਕ ਆਪਣੇ ਆਪ ਵਿੱਚ ਸੰਸਥਾ ਜਿਹੜਾ ਗੁਰੂ ਪਾਤਸ਼ਾਹ ਜੀ ਨੇ ਕਰ ਹੁਣ ਇਥੇ ਲਬਜ ਵਰਤੇ ਆ ਲੰਗਰ ਚੱਲਿਆ ਗੁਰ ਸ਼ਬਦ ਹਾਰ ਇਥੇ ਭਾਈ ਬਲਵੰਦ ਜੀ ਕਹਿੰਦੇ ਵੀ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਵਿੱਚ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਵਿੱਚ ਲੰਗਰ ਚੱਲ ਰਿਹਾ ਵਾ ਗੁਰੂ ਦੇ ਸ਼ਬਦ ਦਾ ਹੁਣ ਜਿਹੜਾ ਲੰਗਰ ਕੋਈ ਵੀ ਸ਼ਖਸਕ ਦਾ ਰਾਗ ਰਾਗ ਹੀ ਰਾਨ ਕੇ ਜਾ ਬਿਨਾ ਵਿਤਕਰੇ ਤੋਂ ਜਾਤ ਪਾਤ ਨਹੀਂ ਵੇਖੀ ਜਾਂਦੀ ਪ੍ਰਸ਼ਾਦਾ ਛਕਾਉਣ ਲੱਗੇ ਆ ਕਹਿੰਦੇ ਜਿਹੜਾ ਸ਼ਬਦ ਦਾ ਲੰਗਰ ਆ ਨਾ ਇਹ ਵੀ ਛਕਾਉਣ ਲੱਗਿਆਂ ਜਾਤ ਪਾਤ ਦੀ ਪੁੱਛੀ ਜਿਵੇਂ ਬੇਪਰ ਪੁੱਛਦਾ ਸੀ ਨਾ ਤੂੰ ਜੇ ਸ਼ੂਦਰ ਹੈ ਤੇ ਉਹ ਆਂਦਾ ਜੇ ਤੇਰੇ ਕੰਨਾਂ 'ਚ ਕੋਈ ਧਾਰਮਿਕ ਗ੍ਰੰਥ ਦਾ ਕੋਈ ਬੋਲ ਪੈ ਗਿਆ ਤੇ ਤੇਰੇ ਕੰਨਾਂ 'ਚ ਸਿੱਕਾ ਘੋਲ ਕੇ ਪਾ ਦੇਣਾ ਤੇ ਜੇ ਤੂੰ ਕੋਈ ਸ਼ੂਦਰ ਹੋ ਕੇ ਜੇ ਕੋਈ ਧਾਰਮਿਕ ਗ੍ਰੰਥ ਪੜ੍ਹ ਲਿਆ ਤੇ ਤੇਰੀ ਜ਼ੁਬਾਨ ਜਿਹੜੀ ਕੱਟ ਕੱਟ ਦੇਣੀ ਹੈ ਜਿਵੇਂ ਲੋਕ ਲੰਗਰਾਂ ਦੇ ਵਿਤਕਰੇ ਕਰਦੇ ਰਹਿਆ ਧਾਰਮਿਕ ਗ੍ਰੰਥਾਂ ਨੂੰ ਪੜਨ ਪੜਾਉਣ ਬਾਰੇ ਵੀ ਵਿਤਕਰੇ ਕਰਦੇ ਰਹਿਆ ਇਹ ਵੀ ਵਿਤਕਰੇ ਸਮਾਜ ਵਿੱਚ ਹੁੰਦੇ ਫਿਰ ਕਿਤੇ ਆਪਾਂ ਸਮਾਂ ਬਣਿਆ ਇਸ ਗੱਲ ਤੇ ਵਿਚਾਰ ਕਰਾਂਗੇ ਵੀ ਜਦੋਂ ਸ਼ੱਜੂ ਝਿਵਰ ਦੇ ਸਿਰ ਦੇ ਉੱਤੇ ਛੜੀ ਰੱਖਣ ਵਾਲੀ ਗੱਲ ਆਉਂਦੀ ਹੈ ਨਾ ਕਿ ਵੀ ਗੁਰੂ ਹਰਿਕ੍ਰਿਸ਼ਨ ਪਾਸ਼ ਨੇ ਸਿਰ ਤੇ ਛੜੀ ਰੱਖੀ ਤੇ ਉਹਦੇ ਕੋਲੋਂ ਗੁੰਗੇ ਕੋਲੋਂ ਅਰਥ ਕਰਾਤੇ ਉਹ ਭਲੇ ਉਹ ਕੱਲਾ ਸ਼ੱਜੂ ਝਿਉਰ ਦੀ ਗੱਲ ਨਹੀਂ ਇੱਥੇ ਤਾਂ ਹਜ਼ਾਰਾਂ ਕਰੋੜਾਂ ਲੱਖਾਂ ਸ਼ੱਜੂ ਝਿਵਰ ਹੋਗੇ ਸੀ ਜਿਹੜੇ ਬ੍ਰਾਹਮਣ ਦੇ ਧਾਰਮਿਕ ਗ੍ਰੰਥਾਂ ਮੁਤਾਬਕ ਨਾ ਧਰਮ ਗ੍ਰੰਥ ਪੜ ਸਕਦੇ ਤੇ ਨਾ ਧਰਮ ਗ੍ਰੰਥ ਸੁਣ ਸਕਦੇ ਸੀ ਉਹਨਾਂ ਦੇ ਮੁਤਾਬਕ ਤੂੰ ਤਾਂ ਵਿਚਾਰੇ ਐ ਹੀ ਗੁੰਗੇ ਬੈਰੇ ਸੀ ਸਾਰੇ ਕੱਲੀ ਇੱਕ ਛੱਜੂ ਦੇ ਸਿਰ ਦੇ ਉੱਤੇ ਛੜੀ ਰੱਖਿਆ ਗੱਲ ਨਹੀਂ ਬਣਨੀ ਗੁਰੂ ਸਾਹਿਬ ਨੇ ਤਾਂ ਮੇਰੇ ਵਰਗੇ ਤੁਹਾਡੇ ਵਰਗੇ ਪਤਾ ਨਹੀਂ ਹਜ਼ਾਰਾਂ ਲੱਖਾਂ ਛੱਜੂਆਂ ਦੇ ਸਿਰ ਤੇ ਛੜੀਆਂ ਰੱਖ ਕੇ ਕਹਤਾ ਉਹ ਭਾਈ ਇਹ ਵਿਦਿਆ ਕਿਸੇ ਦਾ ਕਿਸੇ ਦੀ ਬਾਪ ਦੀ ਨਿੱਜੀ ਜਾਇਦਾਦ ਨਹੀਂ ਇਹਨੂੰ ਹਰ ਬੰਦਾ ਪੜ੍ਹ ਸਕਦਾ ਵਿਚਾਰ ਸਕਦਾ ਸੁਣ ਸਕਦਾ ਸਮਝ ਸਕਦਾ ਤੇ ਆਪਣਾ ਜਿਹੜਾ ਜੀਵਨ ਵਾ ਉਹਨੂੰ ਵਧੀਆ ਬਣਾ ਸਕਦਾ ਅਜੇ ਭਾਵੇਂ ਉਹਨਾਂ ਦੇ ਵੇਦ ਗ੍ਰੰਥਾਂ ਦੇ ਪੱਲੇ ਕੁਝ ਹੈਗਾ ਨਹੀਂ ਹੈਗਾ ਇਹਦਾ ਨਾ ਮਤਲਬ ਨਹੀਂ ਭਾਵੇਂ ਉਹ ਵੇਦ ਕੀ ਪੁੱਤਰੀ ਸਿਮਰਤੀ ਭਾਈ ਸੰਕਲ ਜੇਵਰੀ ਲਹਿ ਆਈ ਭਾਵੇਂ ਗੱਲਾਂ ਉਹਨਾਂ ਦੇ ਗ੍ਰੰਥਾਂ ਬਾਰੇ ਲਿਖੀਆਂ ਵਾਂ ਪਰ ਫਿਰ ਵੀ ਦਲਤ ਬੰਦੇ ਨੂੰ ਧਾਰਮਿਕ ਗ੍ਰੰਥ ਪੜ੍ਹਨ ਦੀ ਆਗਿਆ ਨਹੀਂ ਸੀ ਹੁਣ ਸਾਖੀਆਂ ਕਿਦਾਂ ਪਾਲਤੀਆਂ ਵੀ ਛਜੂ ਦੇ ਸਿਰ ਤੇ ਛੜੀ ਰੱਖਦੀ ਉਹ ਪੱਲੇ ਉਹ ਇੱਕ ਛਜੂ ਮਾਲੋ ਗੁਰੂ ਹਰਿਕ੍ਰਿਸ਼ਨ ਪਾਸ਼ਾ ਦੀ ਵਿਢਾਈ ਇੱਕ ਛਜੂ ਦੇ ਸਿਰ ਤੇ ਛੜੀ ਰੱਖਣੀ ਤੇ ਉਹਦੇ ਗੁੰਗੇ ਕੋਲੋਂ ਅਰਥ ਕਰਾ ਦੇਣ ਇਹ ਚਾ ਕਿ ਨਹੀਂ ਗੁਰੂ ਨੇ ਹਜ਼ਾਰਾਂ ਛਜੂਆਂ ਦੇ ਸਿਰ ਦੇ ਉੱਤੇ ਛੜੀ ਰੱਖੀ ਅੱਜ ਵੀ ਜਿਹੜੇ ਬੰਦੇ ਨੂੰ ਕਿਹਾ ਜਾਂਦਾ ਤੂੰ ਭਾਈ ਬਾਣੀ ਨਹੀਂ ਪੜ੍ਹ ਸਕਦਾ ਅੱਜ ਕਿਤੇ ਘਟਨੇ ਲੋਕ ਜਿਨ੍ਹਾਂ ਨੇ ਵਿਤਕਰੇ ਕੀਤੇ ਮਾਫ ਕਰਨਾ ਇਹ ਲੋਕ ਜੇ ਤੁਸੀਂ ਜੀ ਸੋਚਦੇ ਹੋ ਜਿਹੜੇ ਅੱਜ ਪਜਾਮਾ ਪਾ ਕੇ ਤਾਬਿਆਂ 'ਤੇ ਬਹਿਣਾ ਤੂੰ ਸੋਚ ਕੇ ਵੇਖੋ ਇਹ ਲੋਕ ਤੇ ਉਹੋ ਹੀ ਨੇ ਨਾ ਜਿਹੜੇ ਲੋਕ ਉਸ ਸਮੇਂ ਜਿਹੜੇ ਕਦੇ ਜੇ ਐਸ ਐਸ ਤਖਤ 'ਤੇ ਆਉਣਾ ਤੇ ਤੈਨੂੰ ਪਜਾਮਾ ਲਾ ਕੇ ਆਉਣਾ ਪੈਣਾ ਸੋਚੋ ਜੇ ਇਹ ਲੋਕ ਉਸ ਵੇਲੇ ਹੋਣਗੇ ਤੇ ਇਹ ਇਹਨਾਂ ਨੇ ਕਿੰਨਿਆਂ ਛਜੂਆਂ ਨੂੰ ਉਸ ਵਕਤ ਧਰਮ ਗ੍ਰੰਥ ਪੜਨ ਤੇ ਪਾਬੰਦੀ ਲਾਈ ਹੋਏਗੀ ਇਹਨਾਂ ਦੇ ਅੱਜ ਵੀ ਤੁਹਾਨੂੰ ਪਤਾ ਹੀ ਆ ਵੀ ਕਈਆਂ ਤਖਤਾਂ ਦੇ ਉੱਤੇ ਚਲਜੋ ਉੱਥੇ ਤੁਸੀਂ ਜੇ ਜਾਣਾ ਵਾ ਤੇ ਤੁਹਾਨੂੰ ਪਜਾਮਾ ਲਾ ਕੇ ਤਾਬੇ ਬਹਿਣਾ ਪੈਣਾ। ਕਹਿੰਦੇ ਤੁਸੀਂ ਪਜਾਮਾ ਪਾ ਕੇ ਤਾਬੇ ਨਹੀਂ ਬਹਿ ਸਕਦੇ। ਮੈਂ ਕਿਤੇ ਕਿਤੇ ਸੋਚਦਾ ਤੇ ਅੱਜ ਸੱਚੀ ਸ਼ਾਖਸ਼ਾਤ ਰੂਪ ਵਿੱਚ ਗੁਰੂ ਸਾਹਿਬ ਆ ਜਾਣ। ਇਹਨਾਂ ਨੇ ਤਾਂ ਉਹਨਾਂ ਦੇ ਵੀ ਹੁਕਮ ਜਲਾ ਦੇਣਾ। ਇਹ ਜਿਹੜੇ ਅੱਜ ਪੱਗਾਂ ਵਾਲੇ ਪਾਂਡੇ ਸਾਡੇ ਆਧਾਰਮਿਕ ਸਥਾਨਾਂ ਤੇ ਬੈਠੇ ਹੋਏ ਨੇ। ਤੋ ਖੈਰ ਜਿਹੜੀ ਇਹ ਗੱਲ ਨੂੰ ਸਮਝਣ ਦੀ ਜ਼ਰੂਰਤ ਆ ਕਿ ਜਿਹੜੀ ਇੱਥੇ ਗੱਲ ਕੀ ਲੰਗਰ ਚੱਲੈ। ਗੁਰ ਸ਼ਬਦ ਹਰ ਗੁਰੂ ਦੇ ਸ਼ਬਦ ਦਾ ਲੰਗਰ ਪਰ ਇਹੋ ਹੀ ਲੰਗਰ ਸੀ ਜਿਨੇ ਹਰ ਇੱਕ ਨੂੰ ਤ੍ਰਿਪਤ ਕੀਤਾ ਜਿਵੇਂ ਲੰਗਰ ਚ ਤ੍ਰਿਪਤੀ ਮਿਲਦੀ ਹੈ ਨਾ ਬੰਦੇ ਨੂੰ ਭੁਖਾ ਬੰਦਾਣ ਕੇ ਬਹਿ ਜੇ ਅਜੇ ਤੁਸੀਂ ਵੇਖੋ ਵੀ ਲੰਗਰ ਦਾ ਕੀ ਫਰਕ ਵਾ ਕਿਸੇ ਦੇ ਘਰ ਤੁਸੀਂ ਵੇਖੋ ਵੀ ਬਹੁਤ ਅਮੀਰ ਬੰਦਾ ਹੋਏ ਉਹਦੇ ਬਰਾਬਰ ਉਹਦਾ ਨੌਕਰ ਥੋੜਾ ਡਾਈਨਿੰਗ ਟੇਬਲ ਤੇ ਬਹਿ ਕੇ ਰੋਟੀ ਖਾ ਸਕਦਾ ਜੇ ਕੋਈ ਐਦਾਂ ਕਰਦਾ ਤੇ ਉਹ ਵਧਾਈ ਦਾ ਪਾਤਰ ਧੰਤਾ ਜੋਗਾ ਨਹੀਂ ਤੇ ਉਹਨੇ ਇੱਕ ਫਰਕ ਤੇ ਰੱਖਣਾ ਵੀ ਤੂੰ ਨੌਕਰ ਹੈ ਤੇ ਮੈਂ ਤੇਰਾ ਮਾਲਕ ਆ ਅਸੀਂ ਸਮਾਜ ਵਿੱਚ ਇੱਦਾਂ ਹੀ ਆ ਪਰ ਜਦੋਂ ਉਹ ਬੰਦੇ ਸੰਗਤ ਵਿੱਚ ਆਉਂਦੇ ਆ ਆ ਖੇਤਾਂ 'ਚ ਤੁਸੀਂ ਵੇਖੋ ਜਦੋਂ ਖੇਤਾਂ 'ਚ ਕੰਮ ਕਰਦੇ ਤੇ ਹੁਣ ਐਜੂਕੇਸ਼ਨ ਦਾ ਜੋਗਾ ਆ ਅੱਜ ਅੱਜ ਮਜ਼ਦੂਰ ਵੀ ਕਿਸਾਨ ਦੇ ਬਰਾਬਰ ਬਹਿ ਕੇ ਪ੍ਰਸ਼ਾਦਾ ਛਕਦਾ ਭਾਵੇਂ ਖੇਤਾਂ 'ਚ ਹੀ ਬੈਠੇ ਹੋਣ ਘਰ 'ਚ ਵੀ ਨਹੀਂ ਤੇ ਮਾਫ ਕਰਨਾ ਉਹਨਾਂ ਦੇ ਬਰਤਨ ਦੂਰ ਰੱਖੇ ਹੁੰਦੇ ਸੀ ਵਿਚਾਰਾਂ ਤੱਕਾ ਕੀਤਾ ਜਾਂਦਾ ਸੀ ਉਹਨਾਂ ਨਾਲ ਦਿਮਾਗ 'ਚ ਇਹ ਗੱਲ ਪਾ ਦੇਣੀ ਉਹਨਾਂ ਦੇ ਹੱਥ ਦੀਆਂ ਚੋਈਆਂ ਹੋਈਆਂ ਮੱਝਾਂ ਚੋਇਆ ਹੋਇਆ ਦੁੱਧ ਗਾਵਾਂ ਦਾ ਸਾਰੇ ਪਰਿਵਾਰ ਨੇ ਪੀ ਲੈਣਾ ਪਰ ਉਹਨੂੰ ਇੱਕ ਦੈਰਾ ਹੁੰਦਾ ਸੀ ਵੀ ਇਤੋਂ ਬਾਹਰ ਨਹੀਂ ਹੋਣਾ ਭਾਈ ਤੇਰੇ ਪੈਰ ਪੈਣਾ ਪਤਾ ਨਹੀਂ ਸਾਡਾ ਘਰ ਨਾ ਕਿਤੇ ਅਪਵਿੱਤਰ ਹੋ ਜਾਏ। ਇਦਾਂ ਦਾ ਸਮਾਜ ਵਿੱਚ ਜਿਹੜਾ ਵਹਿਮ ਪਾਇਆ ਹੋਇਆ ਸੀ। ਤੂੰ ਇਹ ਜਿਹੜਾ ਲੰਗਰ ਸੀ ਲੰਗਰਦਾਰ ਸੀ ਵੀ ਹਰ ਬੰਦਾ ਬਰਾਬਰ ਸ਼ੈ ਇੱਥੇ ਲੰਗਰ ਕਿਹਦਾ ਚੱਲੇ ਸ਼ਬਦ ਦਾ। ਸ਼ਬਦ ਦੇ ਲੰਗਰ ਨੇ ਹਰ ਇੱਕ ਦੇ ਕੰਨਾਂ ਜਦੋਂ ਇਹ ਸ਼ਬਦ ਪਿਆ ਵਿਚਾਰ ਧਾਰਾ ਪਈ ਉਹਨੇ ਅੰਦਰ ਦੀ ਤ੍ਰਿਪਤੀ ਕੀਤੀ ਕਿ ਲੰਗਰ ਚੱਲੇ ਗੁਰ ਸ਼ਬਦ ਹਾਰ ਤੋਟ ਨਾ ਆਵੇ ਖੱਟੀ ਐ। ਕਹਿੰਦੇ ਫਿਰ ਇਹ ਸ਼ਬਦ ਹੁਣ ਲੰਗਰ ਕਈ ਵਰੀ ਮੁੱਕ ਜਿੰਦਾ ਦੁਨਿਆਵੀ ਲੰਗਰ ਆਪਾਂ ਜਦੋਂ ਸ਼ਿਕਾਉਨੇ ਆ ਕਿਸੇ ਨੂੰ ਕਈ ਵਰੀ ਆਪਾਂ ਕਹਿੰਦੇ ਸੰਗਤ ਆ ਗਈ ਦਾਲ ਮੁੱਗੀ ਪ੍ਰਸ਼ਾਦਾ ਮੁੱਕ ਗਿਆ ਇਹ ਉਹ ਲੰਗਰ ਸੀ ਜਿਹਦੇ ਬਾਰੇ ਬੰਦੇ ਖਾਵੇਂ ਖਰਚੇ ਰਲ ਮਿਲ ਪਾਈ ਤੋੜ ਨਾ ਆਵੇ ਵਾਧੂ ਜੇ ਇਹ ਵੰਡੀ ਜਾਓ ਜਿੰਨਾ ਮਰਜੀ ਸ਼ਬਦ ਦਾ ਲੰਗਰ ਕਿਤੇ ਮੁੱਕਦਾ ਪਿਆਰਿਓ ਇਹ ਤਾਂ ਰੱਬੀ ਸਿਵਸਾਦਾ ਦੇ ਸ਼ਬਦ ਦੀ ਗੱਲ ਹੋ ਰਹੀ ਹੈ ਇੱਕ ਦੁਨਿਆਵੀ ਟੀਚਰ ਮੈਥ ਦਾ ਹੋਵੇ ਨਾ ਉਹ ਹਜ਼ਾਰਾਂ ਸਟੂਡੈਂਟਾਂ ਨੂੰ ਪੜਾਵੇ ਤੇ ਉਹਦੇ ਕੋਲੋਂ ਉਹ ਉਹਦਾ ਸ਼ਬਦ ਨਹੀਂ ਮੁਕਣਾ ਜਿਹੜਾ ਜਿਹੜਾ ਉਹਨੇ ਸਿੱਖਿਆ ਵਾ ਉਹਦੇ ਵਧਣਾ ਸਗੋ ਇੱਕੋ ਗਿਆਨ ਹੈ ਜਿਹੜਾ ਵੰਡਿਆ ਵੱਧਦਾ ਹੈ ਜਿੰਨਾ ਵੰਡੋ ਜਿੰਨਾ ਸ਼ੇਅਰ ਕਰੋ ਉਹਨਾਂ ਹੋਰ ਵੱਧਦਾ ਹੈ ਮੰਨ ਲਓ ਕਿਸੇ ਨੂੰ ਇੰਗਲਿਸ਼ ਬਹੁਤ ਵਧੀਆ ਆਉਂਦੀ ਹੈ ਕਿਸੇ ਦਾ ਮੈਥ ਬਹੁਤ ਵਧੀਆ ਹੈ ਉਹ ਜਦੋਂ ਕਿਸੇ ਨਾਲ ਸ਼ੇਅਰ ਕਰਦਾ ਕਿਸੇ ਨਾਲ ਸਾਂਝਾ ਕਰਦਾ ਕਿਸੇ ਨੂੰ ਪੜਾਉਂਦਾ ਹੈ ਉਹਦੇ ਨਾਲ ਉਹਦਾ ਆਪਣਾ ਗਿਆਨ ਘਟਦਾ ਨਹੀਂ ਸਗੋਂ ਗਿਆਨ ਵੱਧਦਾ ਜੇ ਕੋਈ ਜਿਹੜਾ ਟੀਚਰ ਸਟੂਡੈਂਟ ਨੂੰ ਪੜਾਉਂਦਾ ਹੈ ਜਦੋਂ ਪੜਾਉਂਦਾ ਹੈ ਉਹ ਖੁਦ ਵੀ ਪੜ੍ਹਦਾ ਹੈ ਉਹ ਕੱਲੀ ਸਟੂਡੈਂਟ ਦੀ ਤਿਆਰੀ ਨਹੀਂ ਕਰਦਾ ਵਾਸਤ ਵਿੱਚ ਉਹ ਆਪਣੇ ਆਪ ਦੀ ਤਿਆਰੀ ਵੀ ਕਰਦਾ ਹੈ ਉਹ ਆਪਣੇ ਆਪ ਨੂੰ ਵੀ ਤਿਆਰ ਕਰਦਾ ਹੁਣ ਇੱਥੇ ਸ਼ਬਦ ਵਰਤਿਆ ਭਾਈ ਬਲਵੰਦ ਜੀ ਨੇ ਕਿਹਾ ਲੰਗਰ ਚੱਲੇ ਗੁਰ ਸ਼ਬਦ ਹਾਰ ਹਰੀ ਹਰੀ ਦਾ ਸ਼ਬਦ ਗੁਰੂ ਦਾ ਸ਼ਬਦ ਪਰਮੇਸ਼ਰ ਦਾ ਸ਼ਬਦ ਟੋਟ ਨੇ ਆਵੀਂ ਖੱਟੀਏ ਕਿਤੇ ਕਮਾਲ ਦੀ ਗੱਲ ਵੇਖੋ ਇੱਥੇ ਟੋਟ ਆਈ ਨਹੀਂ ਘਾਟਾ ਪਿਆ ਹੀ ਨਹੀਂ ਜਿਹੜੇ ਕਿਉਂਕਿ ਜਿਹੜੇ ਤਖਤ ਤੇ ਜਿਹੜੀ ਅੱਜ ਹੱਟੀ 'ਚ ਬੈਠੇ ਆ ਜਿੱਥੋਂ ਲੰਗਰ ਵੰਡਿਆ ਜਾ ਰਿਹਾ ਕਹਿੰਦੇ ਟੋਟ ਆਉਣਾ ਹੀ ਨਹੀਂ ਲੰਗਰ ਵਧਦਾ ਜਾ ਰਿਹਾ ਕਹਿੰਦੇ ਖਰਚੇ ਦਿੱਤ ਖਸਮ ਦੀ ਖਰਚ ਰਿਆ ਦਿੱਤੀ ਹੋਈ ਉਸ ਖਸਮ ਦੀ ਜਿਹੜੀ ਸਿਰਸਲਾਹ ਦਾ ਇਹ ਉਹਨਾਂ ਨੂੰ ਭੰਡਾਰਾ ਦਿੱਤਾ ਸੀ ਜਿਸ ਹੱਟ ਦਾ ਮਾਲਕ ਬਣਾਇਆ ਸੀ ਉਹਨਾਂ ਨੇ ਖਰਚੇ ਦਿੱਤ ਖਸਮ ਦੀ ਆਪ ਕਹਿੰਦੀ ਖਿੰਦੀਦਾਰ ਤੋਂ ਕੀ ਹੈ ਆਪ ਉਹਨਾਂ ਨੇ ਵਰਤੀ ਆ ਗੁਰੂ ਅੰਗਦ ਸਾਹਿਬ ਜੀ ਨੇ ਇਹ ਵਸਤੂ ਆਪ ਵਰਤੀਆ ਕਹਿੰਦੇ ਖੈਰ ਖੈਰ ਦਾ ਅਰਥ ਕੀ ਦਾਨ ਦਪਟੀਏ ਤੇ ਦਵਾ-ਦਵਾ ਦੂਜਿਆਂ ਨੂੰ ਵੰਡਿਆ ਵਾ ਜਿਸ ਹੱਟੀ 'ਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਬਾ ਲਹਿਣਾ ਜੀ ਨੂੰ ਬਿਠਾ ਕੇ ਗਏ ਆ ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀ ਹੁੰਦਾ ਜਿਸ ਹੱਟੀ ਦਾ ਮਾਲਕ ਅੱਜ ਬਾਬਾ ਲਹਿਣਾ ਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਣਾ ਕੇ ਗਿਆ ਕਦੇ ਵੰਡੀ ਜਾ ਭਾਈ ਲੰਗਰ ਦੇ ਮੁਕਣਾ ਜਿੰਨਾ ਵੰਡੇਗਾ ਉਨਾਂ ਇਹ ਲੰਗਰ ਵਧੇਗਾ ਜਿੰਨਾ ਵੰਡੇਗਾ ਨਾ ਉਨਾ ਲੰਗਰ ਕਿਉਂਕਿ ਇਹਦੇ ਵਿੱਚ ਘਾਟਾ ਹੈ ਹੀ ਨਹੀਂ ਇੱਥੇ ਇਹ ਵਸਤੂਆਂ ਮੁਕੜੇ ਜਿੰਨੀਆਂ ਵੰਡਣੀਆਂ ਨੇ ਉਹਨੀਆਂ ਵਾਧੀਆਂ ਜਾਣੀਆਂ ਨੇ ਕਹਿੰਦੇ ਖਰਚੇ ਦੇ ਤੱਕ ਸਮਝ ਦੀ ਆਪ ਹੁਣ ਇਹ ਕਿੰਨਾ ਸੋਹਣਾ ਲੱਗਦਾ ਨਹੀਂ ਜਿਵੇਂ ਭਾਈ ਬਲਵੰਡ ਜੀ ਜਿੱਥੇ ਰੱਬੀ ਸ਼ਿਵਸਲਾ ਕਰ ਰਿਹਾ ਨਾ ਨਾਲ ਸਾਨੂੰ ਇਤਿਹਾਸ ਵੀ ਸੁਣਾ ਰਿਹਾ ਉਸ ਸਮੇਂ ਦਾ ਵੀ ਇਦਾਂ ਇਦਾਂ ਉੱਥੇ ਹੋਇਆ ਜਿਵੇਂ ਉਹਨਾਂ ਨੇ ਜੋ-ਜੋ ਮਾਹੌਲ ਉੱਥੇ ਰਹਿ ਕੇ ਧੰਨ ਗੁਰੂ ਅੰਗਦ ਸਾਹਿਬ ਜੀ ਤੋਂ ਲੈ ਕੇ ਜਿਹੜਾ ਉਹਨਾਂ ਨੇ ਗੁਰੂ ਹਰਗੋਬਿੰਦ ਪਾਸ਼ਾ ਜੀ ਤੱਕ ਜਿਹੜੀ ਸੰਗਤ ਮਣੀ ਹੈ ਕਿੰਨਾ ਸੋਹਣਾ ਉਹਨਾਂ ਨੇ ਜਿਹੜਾ ਵਾ ਉਹ ਤਸਵੀਰ ਖਿੱਚੀ ਆ ਕਿੰਨਾ ਸੋਹਣਾ ਉਹਨਾਂ ਨੇ ਰੂਪ ਇੱਕ ਨਕਸ਼ਾ ਤਿਆਰ ਕਰਕੇ ਸਮਾਜ ਦੇ ਸਾਹਮਣੇ ਰੱਖਿਆ ਕਿ ਜਿਹੜੀ ਉਹਨਾਂ ਦੇ ਸੁਰਤ ਵਿੱਚੋਂ ਨਿਕਲੇ ਹੋਏ ਇਹ ਸ਼ਬਦ ਨੇ ਕਿੰਨੀ ਸੋਹਣੀ ਸਾਡੇ ਜੀਵਨ ਦੀ ਅਗਵਾਈ ਕਰਦੇ ਵੀ ਉਹ ਉਹ ਸਾਰਾ ਘਟਨਾ ਕਰਮ ਉਹ ਜੋ ਉਹਨਾਂ ਨੇ ਵੇਖਿਆ ਕਿੱਦਾਂ-ਕਿੱਦਾਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਲੰਗਰ ਚੱਲੇ ਗੁਰ ਸ਼ਬਦ ਵਾਲੀ ਗੱਲ ਜਿਹੜੀ ਆ ਉਹ ਕਰਦੇ ਆ ਅੱਗੇ ਜਾ ਕੇ ਵਖਾਂਗੇ ਵੀ ਕੱਲਾ ਸ਼ਬਦ ਦਾ ਲੰਗਰ ਹੀ ਨਹੀਂ ਉੱਥੇ ਉਥੇ ਸਰੀਰ ਦੀ ਭੁੱਖ ਨੂੰ ਮਟਾਉਣ ਵਾਸਤੇ ਵੀ ਲੰਗਰ ਲੱਗੇ ਨੇ ਦਾਨ ਕੇ ਮਨ ਦੀ ਤ੍ਰਿਪਤੀ ਦਾ ਲੰਗਰ ਵੀ ਹੈ ਤੇ ਤਨ ਦੀ ਤ੍ਰਿਪਤੀ ਦਾ ਲੰਗਰ ਵੀ ਹੈ ਤੋਂ ਅੱਗੇ ਕਹਿੰਦੇ ਨੇ ਕਹਿੰਦੇ ਹੋਵੇ ਸਿਫਤ ਕਸਮ ਦੀ ਕਹਿੰਦੇ ਖਸਮ ਦੀ ਫਿਰ ਸਿਫਤ ਸਲਾਹ ਹੋ ਰਹੀ ਹੈ ਕਹਿੰਦੇ ਧੰਨ ਗੁਰੂ ਅੰਗਦ ਸਾਹਿਬ ਦੇ ਦਰਬਾਰ ਚ ਨਾ ਜਿਹੜੀ ਸਿਵਸਲਾ ਹੋ ਰਹੀ ਹੈ ਨਾ ਉਹ ਖਸਮ ਦੀ ਹੋ ਰਹੀ ਹੈ ਖਸਮ ਕੌਣ ਹੈ ਸਤ ਸਬਨਾ ਕਾ ਖਸਮ ਸੱਚ ਦੀ ਵਡਿਆਈ ਹੋ ਰਹੀ ਹੈ ਉਸ ਅਕਾਲ ਪੁਰਖ ਦੀ ਵਡਿਆਈ ਹੋ ਰਹੀ ਉਹਦੀ ਮਹਿਮਾ ਗਾਈ ਜਾ ਰਹੀ ਹੈ ਕਹਿੰਦੇ ਹੋਵੇ ਸਿਵਤ ਕਸਮ ਦੀ ਨੂਰ ਅਰਸ਼ੋਂ কুরਸੋਂ ਚਟਿਆ ਅਰਸ਼ੋਂ কুরਸੋਂ ਦਾ ਰਤਾ ਧਰਤੀ ਤੋਂ ਲੈ ਕੇ ਆਕਾਸ਼ ਤੱਕ ਪਾਵ ਹਰ ਬੰਨੇ ਮਹਿਮਾ ਹੋ ਰਹੀ ਆ ਗੁਣ ਗਾਏ ਜਾ ਰਿਹਾ ਤਾਰੀਫ ਕੀਤੀ ਜਾ ਰਹੀ ਆ ਵਡਿਆਈ ਕੀਤੀ ਜਾ ਰਹੀ ਆ ਕਹਿੰਦੇ ਤੁਧ ਡਿਠੇ ਸੱਚੇ ਪਾਤਸ਼ਾ ਹੇਤਾਨ ਗੁਰੂ ਅੰਗਦ ਸਾਹਿਬ ਸੱਚੇ ਪਾਸ਼ਾ ਜੀ ਤੁਧ ਡਿਠੇ ਸੱਚੇ ਪਾਸ਼ਾ ਹੇਤਾਨ ਗੁਰੂ ਅੰਗਦ ਸਾਹਿਬ ਜੀ ਤੁਹਾਨੂੰ ਵੇਖਿਆ ਤੁਹਾਡੇ ਬਚਨ ਸੁਣਿਆ ਤੁਹਾਡੇ ਕੋਲੋਂ ਇਹ ਸ਼ਬਦ ਦੀ ਦਾਤ ਲਿਆ ਮਲ ਜਨਮ ਜਨਮ ਦੀ ਕੱਟੀ ਹੈ ਕਿਹੜੀ ਮੈਲ ਜਿਹੜੀ ਜਨਮਾਂ ਜਨਮਾਂ ਦੀ ਮੈਲ ਆ ਜਦੋਂ ਅਸੀਂ ਪੱਟਾਂ ਦੇ ਸੋਈਏ ਪੜਦੇ ਨਾ ਸਾਧ ਸੰਗਤ ਪੱਟਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਇਹ ਰੂਪ ਖਿੱਚਿਆ ਹੋਇਆ ਇੰਦਾ ਸੋਹਣੇ ਤਰੀਕੇ ਨਾਲ ਨਕਸ਼ਾ ਤਿਆਰ ਕੀਤਾ ਕਹਿੰਦੇ ਅਮੈ ਦ੍ਰਿਸ਼ਟ ਸ਼ੋਭ ਕਰੇ ਪਾਠ ਸਹਿਬਾਨ ਕਹਿੰਦੇ ਨੇ ਜਦੋਂ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਅਮਰਤ ਵਰਗੀ ਦ੍ਰਿਸ਼ਟੀ ਆ ਨਾ ਜਦੋਂ ਉਸ ਦ੍ਰਿਸ਼ਟੀ ਦਾ ਕੋਈ ਭਾਈ ਵਾਲ ਬਣਦਾ ਉਸ ਦ੍ਰਿਸ਼ਟੀ ਦਾ ਕੋ ਪਾਤਰ ਬਣਦਾ ਅਮੈ ਦ੍ਰਿਸ਼ਟ ਸ਼ੋਭ ਕਰੇ ਕਹਿੰਦੇ ਹਰੈ ਅਗ ਪਾਪ ਸਕਲ ਮਲ ਹਰੈ ਅਗ ਅਗ ਦਾ ਅਰਥ ਕੀ ਪਾਪ ਜਿਹੜੇ ਅੰਦਰ ਪਾਪ ਆ ਜਿਹੜੇ ਅੰਦਰ ਪਾਪ ਮੀਨੂ ਮਾੜੀ ਸੋਚ ਜਦੋਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਬੋਲ ਪਵਿੱਤਰ ਬਚਨ ਸੁਣਦਾ ਕੋਈ ਤੇ ਉਹਦੇ ਅੰਦਰ ਦੇ ਪਾਪ ਯਾਨੀ ਕਿ ਉਹਦੇ ਅੰਦਰ ਦੇ ਮਾੜੇ ਖਿਆਲ ਖਤਮ ਹੋ ਜਾਂਦੇ ਹਰੈ ਅਗ ਪਾਪ ਸਕਲ ਮਲ ਸਾਰੀ ਮੈਲ ਮਾਰੇ ਖਿਆਲ ਪਾਪ ਕਾਮ ਕ੍ਰੋਧ ਅਰ ਲੋਭ ਮੋਹ ਹੁਣ ਇਹ ਪੰਜ ਆਗੇ ਨਾ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਇਹ ਸਾਰੇ ਜਿਹੜੇ ਬੰਦੇ ਨੂੰ ਖੁਆਰ ਕਰਦੇ ਖੱਜਲ ਕਰਦੇ ਆ ਬੰਦੇ ਨੂੰ ਉਂਗਲਾਂ ਤੇ ਨਚਾਉਂਦੇ ਆ ਹੁਣ ਇਹ ਪਹਿਲਾ ਪਹਿਲੀ ਪੰਕਤੀ 'ਚ ਮੈਲ ਕਹਤਾ ਇੱਥੇ ਕਹਤਾ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਇਹਨਾਂ ਨੂੰ ਵਸ ਵਿੱਚ ਕਰ ਦਿੰਦਾ ਕੌਣ ਤਾਨ ਗੁਰੂ ਅੰਗ ਸੇਵ ਸੇ ਸੇ ਪਾਸ਼ਾ ਜੀ ਤੁਹਾਡੇ ਪਵਿੱਤਰ ਬਚਨ ਤੁਹਾਡੀਆਂ ਪਿਆਰੀਆਂ ਵਿਚਾਰਾਂ ਫਿਰ ਕਹਿੰਦੇ ਇੱਥੇ ਬਸ ਨਹੀਂ ਕਹਿੰਦੇ ਸਦਾ ਸੁਖ ਮਨ ਵਸੈ ਹੁਣ ਵੇਖੋ ਲੜਕੀ ਨੇ ਸੋਹਣੇ ਤਰੀਕੇ ਨਾਲ ਪਹੁੰਚਾਈ ਹੈ ਸਦਾ ਸੁਖ ਮਨ ਵਸੈ ਦੁੱਖ ਸੰਸਾਰ ਐ ਕੋਵੇ ਸੰਸਾਰ ਦਾ ਦੁੱਖ ਜ਼ਿੰਦਗੀ ਚੋਂ ਮੁੱਕ ਜਾਂਦਾ ਤੇ ਸਦਾ ਜ਼ਿੰਦਗੀ ਸੁਖਾਂ ਨਾਲ ਕੇ ਵਾਜਦਾ ਇਹ ਤਾਂ ਮਨ ਸੁਖੀ ਕਿਹੜੀ ਚੀਜ਼ ਨਹੀਂ ਸੀ ਹੁੰਦੀ ਸੁਖੀ ਨਹੀਂ ਸੀ ਹੁੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਦੋਂ ਬੰਦੇ ਦੇ ਵਾਸਚ ਨਹੀਂ ਨਾ ਹੁੰਦੇ ਇਹ ਬੰਦੇ ਨੂੰ ਆਪਣੀਆਂ ਉਂਗਲਾਂ ਤੇ ਨਹੀਂ ਚਾਹਦੇ ਜਦੋਂ ਬੰਦਾ ਇਹਨਾਂ ਤੇ ਕਾਠੀ ਪਾ ਲਿੰਦਾ ਨਾ ਤੇ ਬੰਦਾ ਸੁਖੀ ਹੋ ਜਾਂਦਾ ਅੱਜ ਕਿਸੇ ਨੂੰ ਪੁੱਛ ਕੇ ਵੇਖੋ ਬੰਦਾ ਆਪਣੇ ਦੁੱਖਾਂ ਦਾ ਇਲਜ਼ਾਮ ਦੂਜੇ ਤੇ ਲਾ ਰਿਹਾ ਜੇ ਮੈਂ ਦੁਖੀ ਹਾਂ ਤਾਂ ਮੈਨੂੰ ਮੇਰੇ ਭਰਾ ਨੇ ਦੁਖੀ ਕੀਤਾ ਮੇਰੇ ਕੁੜਮਾ ਨੇ ਦੁਖੀ ਕੀਤਾ ਮੇਰੇ ਸੰਡੂ ਨੇ ਬੜਾ ਦੁਖੀ ਕੀਤਾ ਮੈਨੂੰ ਮੇਰੇ ਤਾਏ ਦੇ ਪੁੱਤ ਨੇ ਚਾਚੇ ਦੇ ਪੁੱਤ ਨੇ ਕਦੀ ਕਿਸੇ ਨੇ ਕਿਹਾ ਮੇਰੇ ਲਾਲਚ ਨੇ ਦੁਖੀ ਕੀਤਾ ਮੈਨੂੰ ਕਦੀ ਕਿਸੇ ਨੇ ਕਿਹਾ ਮੇਰੀਆਂ ਵਧੀਆਂ ਹੋਈਆਂ ਵਾਸ਼ਨਾਵਾਂ ਮੈਨੂੰ ਦੁਖੀ ਕਰਦੀਆਂ ਨੇ ਨਹੀਂ ਕਹਿੰਦਾ ਕੋਈ ਹੁਣ ਇੱਥੇ ਸ਼ਬਦ ਵਰਤਿਆ ਜਦੋਂ ਇਹ ਵਸਜੋਗੇ ਸਦਾ ਸੁਖ ਮਨ ਵਸੈ ਦੁੱਖ ਸੰਸਾਰੈ ਖੋਵੈ ਗੁਰ ਨਾਮ ਨਿੱਧ ਦਰਿਆਉ ਗੁਰੂ ਕੀ ਹੈ ਨੌ ਨਦੀਆਂ ਦਾ ਦਰਿਆ ਜਿਵੇਂ ਦਰਿਆ ਚ ਲੋਕੀ ਪਾਣੀ ਪੀਂਦੇ ਆ ਨਹਾਉਂਦੇ ਆ ਆਪਣੇ ਤਨ ਦੀ ਮੈਲ ਉਤਾਰਦੇ ਆ ਕਹਿੰਦੇ ਗੁਰ ਨਾਮ ਨਿੱਧ ਦਰਿਆਉ ਜਨਮ ਹਮ ਕਾਲਕ ਤੋਵੈ ਗੁਰੂ ਸਾਡੇ ਜਨਮਾਂ ਦੀ ਮੈਲੇ ਤੇ ਉਹਨ ਸ਼ਬਦ ਵਰਤਿਆ ਤੁਧ ਡਿੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕ੍ਰਿਤੀ ਕਿਹੜੀ ਮੈਲ ਇਸ ਮਨ ਕੋ ਜਨਮ ਜਨਮ ਕੀ ਮੜਾ ਲੱਗੀ ਕਾਲਾ ਵਾਸਿਆ ਇਸ ਮਨ ਨੂੰ ਕਿਹੜੀ ਕਿਹੜੀ ਮੈਲ ਲੱਗੀ ਪਰ ਤਨ ਪਰ ਤਨ ਪਰਤੀ ਨਿੰਦਾ ਪਰਪਵਾਦਨਾ ਛੂਟੇ ਆਵਾ ਗਮਣੋ ਹਉ ਤਹ ਫੁਨਫੁਨੇ ਪ੍ਰਸੰਗ ਨ ਤੂਟੇ ਮਲਣ ਪਈ ਮਤ ਮਾਧਵਾ ਤੇਰੀ ਗਤ ਲਖੀ ਨ ਜਾਏ ਤੋ ਸਾ ਸੰਗਤ ਇਥੇ ਜੋ ਭਾਈ ਬਰਵੰਡ ਜੀ ਕਹਿੰਦੇ ਤੁਹ ਦਿੱਠੇ ਸੱਚੇ ਪਾਤਸ਼ਾ ਦਿੱਠੇ ਦਰਤ ਕੀ ਵੀ ਧੰਗੁਰੂ ਅੰਗਸਰ ਨੂੰ ਸਿਰ ਬਾਹਰੀ ਵੇਖਣ ਕਰਕੇ ਨਹੀਂ ਤਾਂ ਗੁਰੂ ਅੰਗਦ ਸਾਹਿਬ ਜੀ ਤੁਹਾਡੀ ਸੁਰਤ ਵਿੱਚੋਂ ਨਿਕਲੇ ਹੋਏ ਜਿਹੜੇ ਇਹ ਪਵਿੱਤਰ ਬਚਨ ਸੀ ਜਿਹੜੇ ਤੁਸੀਂ ਲੰਗਰ ਦੀ ਦੌਲਤ ਇਸ ਸ਼ਬਦ ਲੰਗਰ ਦਾ ਲਾ ਕੇ ਬੈਠੇ ਸੀ ਜਿਹੜਾ ਤੁਸੀਂ ਤਖਤ ਮਲ ਕੇ ਬੈਠੇ ਸੀ ਜਿਸ ਹੱੱਡੀ ਦੇ ਤੁਸੀਂ ਅੱਜ ਮਾਲਕ ਬਣ ਕੇ ਇਹ ਸੌਦਾ ਵਰਤਾ ਰਹੇ ਸੀ ਕਹਿੰਦੇ ਜਦੋਂ ਉਹ ਸੌਦੇ ਨੂੰ ਕੋਈ ਆਪਣੇ ਅੰਦਰ ਵਸਾਉਂਦਾ ਵਾ ਉਹ ਸੌਦੇ ਦਾ ਕੋ ਗਾਂਖ ਬਣਦਾ ਵਾ ਤੋ ਆਪਣੀ ਜ਼ਿੰਦਗੀ ਦੇ ਵਿੱਚੋਂ ਫੇਰ ਮੈਲ ਕੱਢ ਲੈਂਦਾ ਜਦੋਂ ਕਸਟਮਰ ਬਣਦਾ ਤੇ ਇੱਥੇ ਇੱਕ ਚੇਤਾ ਹੋਰ ਰੱਖਿਓ ਗਾਖ ਬਣਦਾ ਨਹੀਂ ਗਾਖ ਧੱਕੇ ਨਾਲ ਨਹੀਂ ਬਣਾਇਆ ਜਾਂਦਾ ਗਾਖ ਖੁਦ ਹੋਤ ਬਣਦਾ ਤੁਸੀਂ ਕਸਟਮਰ ਨੂੰ ਤੁਸੀਂ ਗਾਖ ਨਹੀਂ ਹੁਣ ਇੱਥੇ ਫਰਕ ਵੇਖੋ ਗੁਰਨਾਣ ਸਿੰਘ ਹਟ ਹਟ ਖੋਲ ਕੇ ਬੈਠੇ ਸੀ ਕਸਟਮਰ ਗਿਆ ਨਾ ਇੱਥੋਂ ਗਾਖ ਆਕ ਬਣ ਕੇ ਗਿਆ ਕਰਤਾਰਪੁਰ ਦੀ ਧਰਤੀ ਤੇ ਉੱਥੇ ਹਟ ਖੋਲ ਕੇ ਬੈਠੀ ਸੀ ਕਰਤਾਰ ਗਾਖ ਪਹੁੰਚ ਗਿਆ ਉੱਥੇ ਤੇ ਕਈ ਉੱਥੇ ਕੋਲ ਰਹਿ ਕੇ ਵੀ ਗਾਖ ਨਹੀਂ ਬਣ ਸਕੇ ਜਦੋਂ ਅੱਗੇ ਜਾ ਕੇ ਉਹਨਾਂ ਪੁੱਤ ਨਹੀਂ ਕੋਲ ਨਾ ਪਾ ਰਹੇ ਉਹ ਕਈ ਕੋਲ ਰਹਿ ਕੇ ਵੀ ਗਾਖ ਨਹੀਂ ਬਣ ਸਕੇ ਜਿਵੇਂ ਤੁਸੀਂ ਵੇਖੋ ਮਾਰੂ ਰਾਗ ਵਿੱਚ ਗੁਰਨਾਥ ਦਾ ਬੜਾ ਪਿਆਰਾ ਵਾਕ ਆ ਕਿ ਬਸ ਜਲ ਨੇਤਨ ਵਸਤ ਅਲੀਲ ਕਮਲ ਫੁੱਲ ਚੱਕੜ ਝੁਗਦਾ ਪੌਰਾ ਚੱਕੜ ਤੇ ਨਹੀਂ ਦਿੰਦਾ ਡੱਡੂ ਚੱਕੜ ਜਵਾ ਉਹ ਬਿਲਕੁਲ ਉਹਦੇ ਮੁੱਢ ਚਵਾ ਪਰ ਸੁਗੰਧੀ ਨਹੀਂ ਲੈ ਸਕਦਾ ਪੌਰਾ ਵੇਤ ਨਹੀਂ ਲੈਂਦਾ ਪਾਣੀ ਤੇ ਨਾ ਉਹ ਕਮਲ ਫੁੱਲ ਦੇ ਕੋਲ ਆ ਦੂਰੋਂ ਆਣ ਕੇ ਸੁਗੰਧੀ ਲੈ ਕੇ ਉਹ ਗਿਆ ਤੇ ਉਹ ਗਿਆ ਹੁਣ ਤੁਸੀਂ ਵੇਖੋ ਮੈਂ ਕਈ ਵੀ ਮਹਿਸੂਸ ਕਰਦਾ ਵੀ ਗੁਰਨਾਣ ਸਾਹਿਬ ਦਾ ਉਹ ਸ਼ਬਦਾਂ ਐਜਲੀ ਦਾ ਜਿਵੇਂ ਬਾਬਾ ਲੈਣਾ ਜਦਾ ਉਹ ਜੀਵਨ ਦਾ ਰੂਪ ਬਿਆਨ ਕਰ ਰਹੇ ਨੇ ਨਕਸ਼ਾ ਖਿੱਚ ਰਹੇ ਨੇ ਵੀ ਵੇਖ ਲਓ ਪੌਰਾ ਕਿੱਥੋਂ ਮੱਤੇ ਦੀ ਸਰਾ ਤੋਂ ਖਡੂਰ ਸਾਹਿਬ ਤੇ ਇਥੋਂ ਇਹ ਪੌਰੇ ਉੱਡਦੇ ਨੇ ਤਾਂ ਉਹ ਵੈਸ਼ਨੂ ਦੇਵੀ ਤੋਂ ਹੁੰਦੇ ਹੋਇਆ ਕਰਤਾਰਪੁਰ ਪਹੁੰਚਦੇ ਉੱਥੋਂ ਸੁਗੰਧੀ ਉੱਥੋਂ ਮੁਕਰਾਂ ਤੇ ਬੈਠ ਕੇ ਰਸ ਚੂਸ ਲੈਂਦੇ ਆ 1532 ਤੋਂ ਲੈ ਕੇ 1539 ਤੱਕ ਤੇ ਕਈ ਮਿੰਡ ਗਰਹਿ ਕੇ ਉੱਥੇ ਕੋਲ ਨਹੀਂ ਆਨੰਦ ਲੈ ਸਕੇ ਆਕੀ ਆਕੀ ਫਿਰਨ ਉਹ ਨਹੀਂ ਉਹ ਉਸ ਰਸ ਨੂੰ ਨਹੀਂ ਪ੍ਰਾਪਤ ਕਰ ਸਕੇ ਜਿਵੇਂ ਐਵ ਤਨ ਚਿਕੜੋ ਇਹ ਮਨ ਮੀਂਢ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਭੌਰ 우ਸਤਾਦ ਨਿਤ ਪਾਖਿਆ ਬੋਲੇ ਭੌਰਾ ਤੇ 우ਸਤਾਦ ਰੋਜ ਪਾਖਿਆ ਦਿੰਦਾ ਸੀ ਪਰ ਕਿਉਂ ਪੁੱਜੇ ਜੇ ਨਾ 부ਝਾਈ ਕਿਉਂਕਿ ਆਖਣ ਸੁਣਨਾ ਪਾਉਣ ਕੀ ਬਾਣੀ ਇਹ ਤਨ ਇਹ ਇਹ ਤਨ ਰਤਾ ਮਾਇਆ ਖਸਮ ਕੀ ਨਦਰ ਦਿਲੇ ਪਸੰਦੇ ਖਸਮ ਨੂੰ ਕਿਹੜੇ ਪਸੰਦੇ ਜਿੰਨੀ ਕਰ ਇੱਕ ਤੇ ਆਇਆ ਜਦੋਂ ਤੱਕ ਬਾਬਾ ਲੈਣਾ ਜੀ ਇੱਕ ਦੇ ਉਪਾਸ਼ਕ ਨਹੀਂ ਬਣੇ ਨਹੀਂ ਗੱਲ ਬਣੀ ਤਾਂ ਹੀ ਤੇ ਗੁਰੂ ਜਦੋਂ ਬਾਬਾ ਲੈਣਾ ਜੀ ਗੁਰੂ ਅੰਗਦ ਸਾਹਿਬ ਬਣ ਜਾਂਦੇ ਫਿਰ ਉਹ ਤਾਂ ਹੀ ਤੇ ਕਹਿੰਦੇ ਆ ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ ਕਿਸੇ ਨੂੰ ਕਿਸੇ ਦੇ ਭਰੋਸਾ ਕਿਸੇ ਨੂੰ ਕਿਸੇ ਦੇ ਭਰੋਸਾ ਪਰ ਮੈਨੂੰ ਅੱਜ ਇੱਕ ਤੇ ਵਿਸ਼ਵਾਸ ਆ ਕਿਉਂ ਨਾ ਮਰੀਜੇ ਰੋਏ ਜਾਂ ਲਗ ਚੇਤਨਾ ਹੋਵੇ ਤੁਸੀਂ ਜਿਹੜਾ ਸ਼ਬਦ ਵਰਤਿਆ ਕਹਿੰਦੇ ਗੁਰਨਾਮ ਨਿਦ ਦਰਿਆਓ ਜਨਮ ਹਮ ਕਾਲਖ ਧੋਵੈ ਗੁਰੂ ਨੌ ਲਧੀਆਂ ਦਾ ਦਰਿਆ ਵਾ ਜਿਹੜਾ ਸਾਡੇ ਅੰਦਰ ਦੀ ਮੈਲ ਨੂੰ ਉਤਾਰ ਦਿੰਦੇ ਆ ਗੁਰ ਨਾਮ ਨਿੱਧ ਦਰਿਆਓ ਜਨਮ ਹਮ ਕਾਲਕ ਤੋਂ ਵੈ ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਕਿਨ ਲਗੀ ਦਿਨ ਰਾਤ ਢਲ ਭਗਤ ਜੀ ਕਹਿੰਦੇ ਨੇ ਦਿਨ ਰਾਤ ਹਰ ਵਕਤ ਹਰ ਸਮੇਂ ਕਾਲ ਭਗਤ ਜੀ ਕਿੰਨੇ ਪਿਆਰੇ ਤਰੀਕੇ ਨਾਲ ਕਹਿੰਦੇ ਨੇ ਕਹਿੰਦੇ ਦਿਨ ਰਾਤ ਹਰ ਵਕਤ ਤਨ ਗੁਰ ਅੰਗਦ ਸਈ ਦੇ ਪਵਿੱਤਰ ਬਚਨ ਸੁਣੋ ਪੜੋ ਵਿਚਾਰੋ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਈ ਜਨਮ ਮਰਨ ਵਾਲਾ ਦੁੱਖ ਕਿਹੜੇ ਜਨਮ ਮਰਨ ਮੰਨਦਾ ਜਿਹੜਾ ਮਨ ਜੰਮਦਾ ਮਰਦਾ ਕਦੀ ਕਿਹਦਾ ਤਨ ਵੇਖ ਕੇ ਮਰ ਗਿਆ ਕਦੀ ਕਿਹਦਾ ਘਰ ਵੇਖ ਕੇ ਮਰ ਗਿਆ ਤੋ ਇਥੇ ਸ਼ਬਦ ਵਰਤੇ ਨੇ ਹੋਵੇ ਸ਼ਿਫਤ ਕਸਮ ਦੀ ਨੂਰ ਅਰਸ਼ੋਂ কুরਸੋਂ ਛੱਟੀ ਹੈ ਭਾਵ ਅਰਸ਼ ਤੋਂ ਲੈ ਕੇ ਫਰਸ਼ ਤੱਕ ਭਾਵ ਹਰ ਬੰਨੇ ਗੁਰੂ ਅੰਗਦ ਸਾਹਿਬ ਦੇ ਦਰਬਾਰ ਚ ਉਸ ਮਾਲਕ ਦੇ ਗੁਣ ਗਾਏ ਜਾ ਰਹੇ ਆ ਉਹਦੀ ਮਹਿਮਾ ਕੀਤੀ ਜਾ ਰਹੀ ਆ ਤੋ ਦੇ ਡਿਠੇ ਸੱਚੇ ਪਾਤਸ਼ਾਹ ਹੇਤਾਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਤੁਹਾਡੇ ਪਵਿੱਤਰ ਬਚਨ ਸੁਣਿਆ ਤੁਹਾਡੇ ਪਵਿੱਤਰ ਬਚਨ ਮੰਨਿਆ ਮਲ ਜਨਮ ਜਨਮ ਦੀ ਕੱਟੀ ਸੱਚ ਦੇ ਗੁਰ ਫਰਮਾਇਆ ਜਿਹੜਾ ਸੱਚ ਗੁਰੂ ਨੇ ਫਰਮਾਇਆ ਸੀ ਜੋ ਹੁਕਮ ਧੰਨ ਗੁਰਨਾਨ ਦੇਵ ਨੇ ਕੀਤਾ ਸੀ ਕਹਿੰਦੇ ਕਿਉਂ ਇਹ ਕੁਐਸਚਨ ਮਾਰ ਕੇ ਕਿਉਂ ਇਦੋਂ ਬੜੋਂ ਹਟਿਆ ਇਸ ਬੋਲ ਤੋਂ ਗੁਰਨਾਨ ਸਾਹਿਬ ਦੇ ਫਰਮਾਏ ਹੋਏ ਇਹਨਾਂ ਬੋਲਾਂ ਤੋਂ ਕਿਵੇਂ ਹਟਿਆ ਜਾ ਸਕੇ ਕਦਾਂ ਪਛਾਣ ਹੋਏ ਜਦੋਂ ਐਡੇ ਵੱਡਿਆ ਇੰਨਾ ਵਧੀਆ ਸੌਦੇ ਦਾ ਮਾਲਕ ਬਣਾ ਕੇ ਐਡਾ ਵੱਡਾ ਹੱਟ ਖੋਲ ਕੇ ਦਿੱਤਾ ਕਿਉਂ ਕਿਉਂ ਇਦੋਂ ਬੋਲੋਂ ਹਟੀ ਹੈ ਇਹਨਾਂ ਬੋਲਾਂ ਤੋਂ ਪਛਾਣ ਕਿਦਾਂ ਟਿਆ ਜਾਵੇ ਕਹਿੰਦੇ ਪੁੱਤਰੀਂ ਕੌਲ ਨਾ ਪਾਲਿਓ ਪੁੱਤਰਾਂ ਨੇ ਕਿਹੜਾ ਨਹੀਂ ਸੀ ਕੌਲ ਪਾਲਿਆ ਜੀ ਧਿਆਨ ਨਾ ਸੁਣਿਓ ਕਿ ਪੁੱਤਰਾਂ ਦੇ ਵਿੱਚ ਕੋਈ ਇੱਕ ਗੁਣ ਵੀ ਨਹੀਂ ਸੀ ਬਹੁਤ ਗੁਣ ਹੋ ਸਕਦੇ ਆ ਭਾਵੇਂ ਉਸ ਸ੍ਰੀ ਚੰਦ ਸੀ ਲਖਮੀ ਦਾਸ ਦਾਤੂ ਦਾਸੂ ਸੀ ਹੁਣ ਚਲੋ ਆਪਾਂ ਮੰਨਦੇ ਆਂ ਵੀ ਜਿਹੜਾ ਬਾਬਾ ਸ੍ਰੀ ਚੰਦ ਜੀ ਆਪਾਂ ਗੱਲ ਕਰਦੇ ਆਂ ਵੀ ਉਹਨਾਂ ਨੇ ਜਿਹੜਾ ਸੀ ਆਪਣਾ ਵੱਖਰਾ ਪੰਥ ਚਲਾ ਲਿਆ ਮੰਨ ਲਓ ਆਪਾਂ ਇਦਾਂ ਮੰਨਦੇ ਆਂ ਵੀ ਜਿਨ੍ਹਾਂ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਬਾਲ ਦਿੱਤੀ ਹੈ ਇਸੇ ਦੀ ਚੰਦ ਬਾ ਬਾਣਾ ਦਿਉ ਰਾ ਬਣਾਇਆ ਜਿਉਂਨਾ ਬਾਰੇ ਇਹ ਵੀ ਸ਼ਬਦ ਭਾਈ ਗੁਰਦਾਸ ਚੰਦਨ ਵਾਂਸ ਨਵਾਸ ਬਹਾਇਆ ਸ਼ਬਦ ਵਰਤਿਆ ਵੀ ਇਹ ਗੁਰੂ ਚੰਦਨ ਦੇ ਕੋਲ ਰਹਿ ਕੇ ਇਹ ਵਾਂਸ ਸੁਗੰਧੀ ਨਾ ਲੈ ਸਕੇ ਗੁਰੂ ਕੋਲ ਵਾਸਤਵ ਚ ਇੱਥੇ ਜਿਹੜਾ ਸ਼ਬਦ ਵਾ ਨਾ ਪੁੱਤਰੀ ਕੌਲ ਨਾ ਪੁੱਤਰਾਂ ਨੇ ਕਿਹੜਾ ਕੌਲ ਨਹੀਂ ਸੀ ਪਾਲਿਆ ਵੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੀ ਵੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜਿਹਦੇ ਅੱਗੇ ਮੈਂ ਪੋਥੀ ਰੱਖ ਕੇ ਨਮਸਕਾਰ ਕੀਤੀ ਆ ਪੁੱਤਰੋ ਤੁਸੀਂ ਵੀ ਸਿਰ ਝੁਕਾ ਦਿਓ ਪੁੱਤਰ ਕਿਤੇ ਨਾ ਕਿਤੇ ਗੱਦੀ ਦਾ ਮਾਣ ਕਰਦੇ ਸੀ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਮੰਨਣ ਚ ਕਿਤੇ ਨਾ ਕਿਤੇ ਉਹਨਾਂ ਨੇ ਪਾਸਾ ਵਟਿਆ ਇਸ ਗੱਲੋਂ ਉਹ ਆਕੀ ਹੋ ਗਏ ਇਦਾਂ ਦਾਤੂ ਦਾਸੂਆ ਦਾਤੂ ਦਾਸੂ ਵੀ ਫਿਰ ਜਦੋਂ ਗੁਰੂ ਅਮਰਦਾਸ ਮਹਾਰਾਜ ਦਾ ਵਕਤ ਆਉਂਦਾ ਹੈ ਉਹਨਾਂ ਨੇ ਵੀ ਇਸ ਗੱਲ ਤੋਂ ਪਾਸਾ ਵਟਿਆ ਮੋਹਨ ਮੂਰੀ ਜਿਹਨੂੰ ਗੱਲ ਆਉਂਦੀ ਹੈ ਮੋਰੀ ਪੁੱਤ ਸੰਮੁਖਵਾ ਲਿਖਿਆ ਬਾਣੀ ਪਰ ਮੋਹ ਨਹੀਂ ਮੋਹ ਨੂੰ ਕਮਲਾ ਲਿਖਿਆ ਭਾਈ ਗੁਰਦੇ ਨੇ ਮੋਹ ਕਮਲਾ ਹੋਆ ਮੋਰੀ ਚਬਾਰਾ ਮਨਾਇਆ ਜਿਹੜਾ ਮੋਰੀ ਸੀ ਉਹ ਤਾਂ ਗੁਰੂ ਦੇ ਇਹਨਾਂ ਬਚਨਾਂ ਦੇ ਉੱਤੇ ਵਿਸ਼ਵਾਸ ਕਰਦਾ ਉਹਨਾਂ ਤਾਂ ਉਹਨਾਂ ਤਾਂ ਭਾਈ ਜੇਠੇ ਨੂੰ ਮਤਲਬ ਰਿਸ਼ਤੇਦਾਰ ਨਹੀਂ ਗੁਰੂ ਕਰਕੇ ਜਾਣਿਆ ਸਿਰ ਝਕਾਇਆ ਉਹਨਾਂ ਦੇ ਅੱਗੇ ਪਰ ਮੋਹਨ ਕਮਲਾ ਲਿਖਿਆ ਉੱਤੇ ਸ਼ਬਦ ਹੁਣ ਇੱਥੇ ਲਿਖਿਆ ਪੁੱਤਰੀ ਕੌਲ ਨਾ ਪਾਲੇ ਪੁੱਤਰਾਂ ਨੇ ਕਿਹੜਾ ਨਹੀਂ ਕੌਲ ਪਾਲਿਆ ਭਾਵ ਜੋ ਗੁਰੂ ਨਾਨਕ ਸਾਹਿਬ ਜੀ ਕਹਿ ਗਏ ਵੀ ਅੱਜ ਤੋਂ ਬਾਅਦ ਇਹ ਜੀਵਨ ਦੀ ਇੱਕ ਵਾਰੀ ਧੰਗੁਰੂ ਅੰਗਦ ਸਾਹਿਬ ਜੀ ਕਰਨਗੇ ਇਹਨਾਂ ਨੂੰ ਬਾਣੀ ਦੀ ਪੋਤੀ ਦਿੱਤੀ ਆ ਤੁਸੀਂ ਇਸ ਬਣੇ ਤੁਰਨਾ ਹੁਣ ਐਸ ਇਹਦਾ ਅਰਥ ਜਦੋਂ ਇਹ ਗੱਲਾਂ ਉਸ ਵਕਤ ਬੋਲੀਆਂ ਜਦੋਂ ਤੁਸੀਂ ਪੜ੍ਹ ਕੇ ਵੇਖੋ ਭਾਈ ਸੱਤਾ ਤੇ ਬਲਵੰਡ ਜੀ ਨੇ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਫਿਰ ਇਲਾਕਿਆਂ 'ਚ ਪ੍ਰਚਾਰ ਕੀਤਾ ਲੋਕਾਂ ਨੂੰ ਸਮਝਾਇਆ ਵੀ ਕਿਤਨਾ ਕਿਤੇ ਗੁਰੂ ਪੁੱਤਰਾਂ ਦੇ ਵਿੱਚ ਇਹ ਮਾਨ ਰਿਹਾ ਵੀ ਗੱਦੀ ਦੇ ਅਸੀਂ ਵਾਰਸਾਂ ਸਾਨੂੰ ਮਿਲਣੀ ਭਾਈ ਅਸੀਂ ਤੇ ਗੁਰੂ ਪੁੱਤਰ ਵਾਂ ਪਰ ਸਵਾਲ ਫਿਰ ਹੁੰਦਾ ਉਹ ਗੁਰੂ ਸਰੀਰ ਦੇ ਪੁੱਤਰ ਨੇ ਸਰੀਰ ਦੀ ਪੀੜੀ ਸ੍ਰੀ ਚੰਦ ਆ ਪਰ ਜਦੋਂ ਗੁਰੂ ਦੀ ਪੀੜੀ ਗੁਰੂ ਦੀ ਕੋਲ ਆਊਗੀ ਉਹ ਬਾਬਾ ਲਹਿਣਾ ਜੀ ਤੇ ਗੁਰੂ ਅੰਗਦ ਸਾਹਿਬ ਹੋਣਗੇ। ਇਦਾਂ ਹੀ ਜਿਹੜੀ ਸਰੀਰ ਦੀ ਪੀੜੀ ਉਹ ਦਾਤੂ ਦਾਸੂ ਆ। ਪਰ ਜਦੋਂ ਗੁਰੂ ਦੀ ਪੀੜੀ ਦੀ ਗੱਲ ਆਊਗੀ ਉਹ ਬਾਬਾ ਅਮਰਦਾਸ ਗੁਰੂ ਅਮਰਦਾਸ ਜੀ ਆਉਣਗੇ। ਜਦੋਂ ਸਰੀਰ ਦੀ ਪੀੜੀ ਦੀ ਗੱਲ ਆਊਗੀ ਉਹ ਮੋਹਣ ਤੇ ਮੋਰੀ ਆਉਣਗੇ। ਜਦੋਂ ਗੁਰੂ ਦੀ ਪੀੜੀ ਦੀ ਗੱਲ ਆਊਗੀ ਉਹ ਭਾਈ ਜੇਠਾ ਤੇ ਗੁਰੂ ਰਾਮਦਾਸ ਜੀ ਆਉਣਗੇ। ਫਿਰ ਉਹ ਕਹੂਗੀ ਗੱਲ ਗੁਰੂ ਕੋਣਾ ਸ਼ਬਦ ਗਿਆਨ ਤੇ ਜਿਹੜਾ ਉਹਨੂੰ ਮੰਨੇਗਾ ਜਿਵੇਂ ਆਪਾਂ ਪਹਿਲਾਂ ਵੀ ਭੂਮਿਕਾ 'ਚ ਗੱਲ ਕਰ ਚੁੱਕੇ ਹਾਂ ਵੀ ਪ੍ਰਿੰਸੀਪਲ ਦੀ ਪੀੜ੍ਹੀ ਕਿਹੜੀ ਹੁੰਦੀ ਹੈ ਪ੍ਰਿੰਸੀਪਲ ਦਾ ਬੇਟਾ ਬੇਟੀ ਹੈ ਉਹਦੇ ਸਰੀਰ ਦੀ ਪੀੜ੍ਹੀ ਆ ਪਰ ਜੇ ਪ੍ਰਿੰਸੀਪਲ ਦੀ ਐਜੂਕੇਸ਼ਨ ਦੀ ਪੀੜ੍ਹੀ ਵੇਖਣੀ ਤੇ ਉਹ ਸਟੂਡੈਂਟ ਹੋਣਾ ਜਿਹੜਾ ਉਹ ਕੋ ਪੜ ਕੇ ਟੌਪ ਕਰ ਗਿਆ ਜੇ ਦੀ ਸਕੂਲ ਦੇ ਬਾਹਰ ਫੋਟੋ ਲੱਗੀ ਹੈ ਫਿਰ ਜਦੋਂ ਪ੍ਰਿੰਸੀਪਲ ਦਾ ਵੀ ਨਾਂ ਲੋਕਾਂ 'ਚ ਹੁੰਦਾ ਵੀ ਯਾਰ ਇਹ ਕਿਹੜੇ ਸਕੂਲ 'ਚ ਪੜਿਆ ਹੁਣ ਸਕੂਲ ਦੀ ਸਕੂਲ ਦੀ ਕੋਲ ਕਿਹੜੀ ਉਹਦਾ ਸਟੂਡੈਂਟ ਉਹ ਉਥੋਂ ਦੇ ਟਰਸਟੀ ਦਾ ਕੋਈ ਬੇਟਾ ਪੁੱਤਰ ᱛੀ ਨਹੀਂ ਹੈ ਲਓ ਤੋਂ ਪੜਿਆ ਹੈ ਨਾ ਜਿਹਨੇ ਐਜੂਕੇਸ਼ਨ ਲਈ ਹੈ ਉਹ ਸੰਸਥਾ ਦੀ ਪੀੜ੍ਹੀ ਉਸ ਸੰਸਥਾ ਦੇ ਕੋਲ ਉਸ ਬੱਚੇ ਉਸ ਸਟੂਡੈਂਟ ਨਹੀਂ ਜਾਣੀ ਜਾਣੀ ਹੈ ਹੋ ਸਕਦਾ ਪੀਣ ਦਾ ਬੱਚਾ ਹੀ ਕੋਨਾ ਹੋਵੇ ਉਹਦਾ ਕੋਲ ਲੰਗਰ ਬਣਾਉਣ ਵਾਲਾ ਕੋਈ ਮਿਸ ਜਿਹੜੀ ਲੰਗਰ ਤਿਆਰ ਕਰਨ ਵਾਲੀ ਕੋਈ ਬੀਬੀ ਆ ਉਹਦਾ ਹੀ ਪੁੱਤਰ ਧੀ ਕਿਉਂ ਨਾ ਹੋਵੇ ਤਾਂ ਇਦਾਂ ਹੀ ਜਦੋਂ ਅਸੀਂ ਗੁਰੂ ਸਾਹਿਬ ਦੀ ਗੱਲ ਅਸੀਂ ਕਰਦੇ ਆ ਤੇ ਐਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਆ ਕਈ ਅਸੀਂ ਜਿਹੜੀਆਂ ਹਕੂਮਤਾਂ ਨਾਲ ਲਗੀਆਂ ਹੋਈਆਂ ਟੱਕਰਾਂ ਜਿਹੜੀਆਂ ਸਿਧਾਂਤਕ ਜਿਹੜੀਆਂ ਜੰਗਾਂ ਸੀ ਉਹਨਾਂ ਨੂੰ ਅਸੀਂ ਪੁੱਤਰਾਂ ਦੀਆਂ ਪਰਿਵਾਰਕ ਜੰਗਾਂ ਦੇ ਲਿਆ ਕੇ ਬਰਾਬਰ ਖੜਾ ਕਰ ਦਿੰਨੇ ਆ ਭਾਵੇਂ ਉਸ ਸ੍ਰੀ ਚੰਦ ਦੀ ਗੱਲ ਐ ਭਾਵੇਂ ਪ੍ਰਤੀ ਚੰਦ ਦੀ ਗੱਲ ਵਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਵੀ ਕਈ ਵਾਰੀ ਘਰ ਦੀ ਲੜਾਈ ਤੇ ਲਿਆ ਕੇ ਖੜਾ ਕਰਤਾ ਜਾਂਦਾ ਜਿਹੜੇ ਅਗਲੇ ਸੱਚ ਦੀ ਝੂਠ ਦੀ ਦੁਕਾਨ ਜਹਾਂਗੀਰ ਵਰਗੇ ਇਹ ਗੱਲ ਕਹਿ ਰਹੇ ਹੁਣ ਤੇ ਕੀ ਉਹ ਘਰ ਦੀ ਲੜਾਈ ਹੋਏਗੀ ਭਲਾ ਠੀਕ ਹੈ ਉਹਨਾਂ ਨੇ ਇਹ ਗੱਲ ਦਾ ਮਾਣ ਦਾਵਾ ਕੀਤਾ ਵੀ ਇਹ ਗੱਦੀ ਸਾਨੂੰ ਮਿਲਣੀ ਚਾਹੀਦੀ ਕਿਉਂਕਿ ਇਹ ਇਨਸਾਨੀ ਫਿਤਰਤ ਹੈ ਇਸੋ ਅਹੀਂ ਅਹੀਂ ਗੁਰੂ ਦੇ ਬੱਚੇ ਆ ਸਾਨੂੰ ਮਿਲਣੀ ਜੀ ਦੀ ਪਰ ਨਹੀਂ ਪਾਲਸ ਨੇ ਆਖਿਆ ਨਾ ਭਾਈ ਇਹ ਗੱਲ ਤੇ ਸ਼ਬਦ ਬਾਣੀ ਦੀ ਐ ਸਿਧਾਂਤ ਦੀ ਗੱਲ ਆ ਲੰਗਰ ਚੱਲਿਆ ਗੁਰ ਸ਼ਬਦ ਦੀ ਗੱਲ ਆ ਇੱਥੇ ਪੁੱਤਰੀ ਕੌੜ ਨਾ ਪਾਰੇਓ ਕਹਿੰਦੇ ਕਰ ਪੀਰੋਂ ਕੰਨ ਮੁਰੱਟੀਏ ਆਪਣੇ ਪੀਰ ਵੱਲੋਂ ਆਪਣੇ ਗੁਰੂ ਵੱਲੋਂ ਉਹਨਾਂ ਨੇ ਕੰਨ ਮੋੜ ਲਿਆ ਭਾਵ ਮੂੰਹ ਮੁਰਲਿਆ ਦੂਜੇ ਬੰਨੇ ਚ ਲੱਗੇ ਮੋੜਦੇ ਰਹੇ ਭਾਵ ਗੁਰੂ ਦੀ ਗੱਲ ਵਾਲੇ ਬੰਨੇ ਧਿਆਨ ਦਾ ਜੇ ਸੁਣ ਲਈ ਤਾਂ ਸਤਕਾਰ ਹੋਣਾ ਸੀ ਅਦਬ ਹੋਣਾ ਸੀ ਫਿਰ ਕਹਿੰਦੇ ਦਿਲ ਖੋਟਿਆ ਕੀ ਫਿਰਨ ਇਦਾਂ ਹੀ ਦੁਨੀਆ ਦੇ ਵਿੱਚ ਭਾਈ ਜਿਹੜੇ ਲੋਕ ਹੁੰਦੇ ਆ ਜਿਹੜੇ ਬੰਦੇ ਦਿਲ ਦੇ ਖੋਟੇ ਹੋਣ ਉਹ ਗੁਰੂ ਦੇ ਸਿਧਾਂਤ ਤੋਂ ਆਕੀ ਹੋ ਕੇ ਤੁਰੇ ਫਿਰਦੇ ਆ ਇਹ ਕੱਲੀ ਕੱਲੀ ਗੱਲ ਗੁਰੂ ਦੇ ਪੁੱਤਰਾਂ ਤੇ ਨਹੀਂ ਢੁਕਦੀ ਸੋਚ ਕੇ ਵੇਖਿਓ ਤੁਸੀਂ ਜੇ ਅੱਜ ਗੁਰੂ ਸਾਹਿਬ ਸਾਨੂੰ ਬਾਣੀ ਦੇ ਲੜ ਲਾ ਗਿਆ ਜਿਹੜਾ ਜਿਹੜਾ ਵੀ ਗੁਰੂ ਸਿਧਾਂਤ ਤੋਂ ਆਕੀ ਆ ਨਾ ਇਹ ਤੋਕ ਭਾਈ ਸੱਤਾ ਬਲਵੰਡੀ ਦੀ ਉਚਾਰਨ ਕੀਤੀ ਹਰ ਉਸ ਵਿਅਕਤੀ ਤੇ ਟੁਕੇਗੀ ਜਿਹੜਾ ਵੀ ਇਹਨਾਂ ਗੁਰੂ ਦੇ ਬਚਨਾਂ ਤੋਂ ਆਕੀ ਕਹਿੰਦੇ ਦਿਲ ਖੋਟੇ ਆਕੀ ਫਿਰਨ ਆਕੀ ਹੋ ਕੇ ਫਿਰਦੇ ਆ ਕਹਿੰਦੇ ਉਹ ਇਹੋ ਜਿਹੇ ਲੋਕ ਫਿਰ ਕੀ ਕਰਦੇ ਬਨ ਭਾਰ ਜਿਹੜੇ ਆਕੀ ਹੋ ਕੇ ਫਿਰਦੇ ਮੰਨ ਲਓ ਵੀ ਉਹਨਾਂ ਨੇ ਆਪਣੇ ਸਿਰ ਤੇ ਭਾਰ ਬੱਧਾ ਹੋਇਆ ਭਾਰ ਕੀ ਕਾਦਾ ਭਾਰ ਵਿਸ਼ਿਆਂ ਵਕਾਰਾਂ ਦਾ ਬੁਰਾਈ ਦਾ ਆਪਣੇ ਅੰਦਰ ਔਗਣਾਂ ਦਾ ਭਾਰ ਬਣ ਕੇ ਛੱਟ ਲੈ ਕੇ ਤੁਰੇ ਫਿਰਦੇ ਆ ਕਹਿੰਦੇ ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਈਨ ਛਟੀ ਹੈ ਕਹਿੰਦੇ ਕਿ ਮੰਨ ਲਓ ਵੀ ਉਹਨਾਂ ਨੇ ਆਪਣੇ ਸਿਰ ਤੇ ਬੁਰਾਈ ਦਾ ਬੁਰਿਆਂ ਕੰਮਾਂ ਦਾ ਉਗਣਾ ਦਾ ਹੰਕਾਰ ਦੀ ਛੱਟ ਲੈ ਕੇ ਉਹ ਗੁਰੂ ਦੇ ਬਚਨਾਂ ਤੋਂ ਆਖੀ ਹੋ ਕੇ ਤੁਰੇ ਫਿਰਦੇ ਜਿਨ ਆਖੀ ਜਿਸ ਗੁਰੂ ਨੇ ਇਹ ਹੁਕਮ ਮੰਨਣ ਵਾਲੀ ਸਿੱਖਿਆ ਆਖੀ ਕਹੀ ਕਹਿੰਦੇ ਜਿਨ ਆਖੀ ਸੋਈ ਕਰੇ ਉਹਨੇ ਫਿਰ ਇਸ ਹੁਕਮ ਦੇ ਵਿੱਚ ਤੁਰ ਦੀ ਟ੍ਰੇਨਿੰਗ ਵੀ ਦਿੱਤੀ ਬਾਬਾ ਲਹਿਣਾ ਜੀ ਨੂੰ ਗੁਰੂ ਅੰਗਦ ਸਾਹਿਬ ਜੀ ਦੇ ਬਾਣਨ ਵਕਤ ਟ੍ਰੇਨਿੰਗ ਵੀ ਦਿੱਤੀ ਜਿਨ ਆਖੀ ਸੋਈ ਕਰੇ ਕਹਿ ਲੱਗੇ ਜਿਨ ਕੀਤੀ ਫਿਰ ਜਿਨੇ ਇਸ ਸਿੱਖਿਆ ਨੂੰ ਮੰਨਿਆ ਧਾਰਨ ਕੀਤਾ ਤਿੰਨੇ ਥੱਟੀ ਹੈ ਫਿਰ ਉਹਨੂੰ ਉਹਦੇ ਯੋਗ ਵੀ ਬਣਾਇਆ ਉਹਦੇ ਜੋਗ ਬਣਾ ਕੇ ਉਸ ਤਖਤ ਦਾ ਮਾਲਕ ਬਣਾਇਆ ਬਾਬਾ ਲਹਿਣਾ ਜੀ ਨੂੰ ਧੰਗੁਰ ਨਾਨਕਸਿ ਨੇ ਕੌਣ ਹਾਰੇ ਕਿਨ ਵਟਿਏ ਕਹਿੰਦੇ ਫਿਰ ਐਦਾਂ ਤੁਸੀਂ ਕਿਦਾਂ ਕਹਦੇ ਵੀ ਕੌਣ ਆ ਰਿਹਾ ਤੇ ਕੌਣ ਜਿੱਤੇ ਆ ਇਹ ਤੇ ਪਿਆਰਿਓ ਗੱਲ ਫਿਰ ਉੱਥੇ ਹੋਣੀ ਆ ਵੀ ਐਦਾਂ ਨੂੰ ਤੁਸੀਂ ਐਦਾਂ ਤੇ ਕਈ ਵਾਰੀ ਸਮਾਜ ਵਿੱਚ ਜਦੋਂ ਅਸੀਂ ਆਪਾਂ ਵੇਖਦੇ ਆ ਤੇ ਉਹੋ ਹੀ ਮਨੁੱਖ ਸੰਸਾਰ ਤੇ ਸਥਾਨ ਪ੍ਰਾਪਤ ਕਰ ਸਕਦੇ ਆ ਜਿਹੜੇ ਸੱਚ ਦੇ ਮਾਰਗ ਤੇ ਚੱਲਦੇ ਆ ਬਾਣੀ 'ਚ ਬੜਾ ਪਿਆਰਾ ਵਾਕ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੈ ਜਹਾਨ ਕਹਿੰਦੇ ਏਦਾਂ ਤੁਸੀਂ ਕਹੋਗੇ ਵੀ ਕੌਣ ਲਾਭ ਲੈ ਗਿਆ ਕੌਣ ਘਾਟਾ ਪੈ ਗਿਆ ਕਹਿੰਦੇ ਨਾ ਭਾਈ ਇਹ ਤਾਂ ਗੁਰੂ ਦੇ ਬਚਨਾਂ ਨੂੰ ਜਿਨ੍ਹਾਂ ਨੇ ਮੰਨਿਆ ਸੁਣਿਆ ਪੜ੍ਹਿਆ ਵਿਚਾਰਿਆ ਬਾਬਾ ਲਹਿਣਾ ਜੀ ਵਰਗੀ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਇਹ ਅਲੂਣੀ ਸੈਲ ਚਟਣ ਵਾਲਾ ਕੰਮ ਕੀਤਾ ਬਹੁਤ ਕਰੜੀ ਕਾਰਨਾ ਜਿਹੜੀ 1532 ਤੋਂ ਲੈ ਕੇ 1549 ਤੱਕ ਉਹਨਾਂ ਨੇ ਕੀਤੀ ਤੇ ਲੈਹਣੇ ਸੇ ਅੰਗਦ ਅੰਗਦ ਸੇ ਅੱਲਾਹ ਤੱਕ ਦਾ ਸਫ਼ਰ ਜਿਹੜਾ ਤੈਅ ਕੀਤਾ ਤੇ ਉਹ ਗੁਣ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਧਾਰਨ ਕੀਤੇ ਤੋ ਧੰਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਇਹਨੇ ਸੋਹਣਾ ਮਾਹੌਲ ਜਿਹੜਾ ਉਹਨਾਂ ਨੇ ਰੂਪ ਨਕਸ਼ਾ ਖਿੱਚਿਆ ਵੀ ਕਿਹੜੇ ਕਿਹੜੇ ਉਹਨਾਂ ਦੇ ਜਿਹੜੇ ਕਾਰਜ ਕੀਤੇ ਧੰਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਆਪਾਂ ਅੱਗੇ ਜਾ ਕੇ ਨਾਲ-ਨਾਲ ਵਿਚਾਰਦੇ ਜਾਵਾਂਗੇ ਕਿ ਭਾਈ ਬਲਵੰਡ ਜੀ ਨੇ ਜਿਹੜੀ ਇਹ ਸੋਹਣਾ ਨਕਸ਼ਾ ਖਿੱਚਿਆ ਧੰਗੁਰੂ ਅੰਗਦ ਸਾਹਿਬ ਦੇ ਦਰਬਾਰ ਦਾ ਕਿ ਭਾਈ ਉਹ ਐਵੇਂ ਨਹੀਂ ਧੰਗ ਗੁਰੂ ਨਾਨਕ ਸਬ ਸੱਚੇ ਪਾਤਸ਼ਾਹ ਜੀ ਬਾਬਾ ਲੈਣਾ ਜੀ ਦੇ ਅੱਗੇ ਆਣ ਕੇ ਸਿਰ ਚਕਾਉਂਦੇ ਨੇ ਗੁਰ ਚੇਲੇ ਰਹਿ ਰਾਸ ਕੀ ਆ ਕੁਆਲਿਟੀ ਆ ਗੁਣ ਉਹਨਾਂ ਦੇ ਵਿੱਚ ਹੈਗੇ ਸੀ ਬਸ ਫਰਕ ਇਹ ਸੀ ਕਿ ਇੱਥੇ ਧੰਗ ਗੁਰੂ ਅੰਗਦ ਸਬ ਸੱਚੇ ਪਾਤਸ਼ਾਹ ਜੀ ਗਾਗ ਬਣ ਕੇ ਬਾਬਾ ਲੈਣਾ ਜੀ ਗਾਗ ਬਣ ਕੇ ਜਾਂਦੇ ਆ ਤੇ ਧੰਗ ਗੁਰੂ ਅੰਗਦ ਸਬ ਸੱਚੇ ਪਾਤਸ਼ਾਹ ਜੀ ਬਣ ਕੇ ਉੱਥੋਂ ਆਉਂਦੇ ਆ ਇਹ ਜ਼ਿੰਮੇਵਾਰੀ ਦਾ ਅਹਿਸਾਸ ਸਾਡੇ ਜੀਵਨ ਚ ਵੀ ਹੋਵੇ ਅਸੀਂ ਵੀ ਆਪਣੇ ਸਤਿਗੁਰ ਦੀ ਬਾਣੀ ਪੜਹੀਏ ਸਮਝੀਏ ਵਿਚਾਰੀਏ ਆਪ ਆਪਣੇ ਜੀਵਨ ਦੇ ਵਿੱਚ ਉਹ ਰੱਬੀ ਗੁਣ ਜਿਹੜੇ ਲਈ ਆਪਾਂ ਪਹਿਲੀ ਪੌੜੀ 'ਚ ਵਿਚਾਰ ਕੀਤੇ ਸੀ ਬਿਨਾਉਂ ਕਰਤਾ ਕਾਦਰ ਕਰੇ ਕਿਉਂ ਬੋਲੋ ਬਹਿ ਜੋਖੀਨ ਦੇ ਦੇ ਗੁਣਾ ਸੱਤ ਭੈਣ ਭਰਾਵਾਂ ਜਿਹੜੇ ਦੇਵੀ ਗੁਣ ਗੁਰਨਾਨਦ ਸਾਹਿਬ ਦੇ ਸਕੇ ਭੈਣ ਭਰਾ ਸੀ ਅੱਜ ਉਹ ਬਾਬਾ ਲਹਿਣਾ ਜੀ ਦੇ ਵੀ ਸਕੇ ਭੈਣ ਭਰਾ ਬਣ ਕੇ ਫਿਰ ਅੱਗੇ ਵੇਖਿਓ ਗੁਰੂ ਅਮਰਦਾਸ ਦੇ ਵੀ ਬਣ ਗਏ ਐਦਾਂ ਕਰਦਿਆਂ ਕਰਦਿਆਂ ਪੰਜਵੇਂ ਪਾਤਸ਼ਾਹ ਤੱਕ ਉਹ ਗੱਲ ਆਉਂਦੀ ਹੈ ਤੇ ਅੱਜ ਉਹ ਦੇਵੀ ਗੁਣ ਸਤੇ ਪਾਤਸ਼ਾਹ ਦੀ ਬਾਣੀ ਕਹਿੰਦੀ ਭਾਈ ਤੇਰੇ 'ਚ ਵੀ ਹੈਗੇ ਆ ਆਓ ਉਹ ਦੇਵੀ ਗੁਣ ਸਾਡੇ ਵੀ ਭੈਣ ਭਰਾ ਬਣ ਸਕਦੇ ਆ ਉਹਨਾਂ ਦੇਵੀ ਗੁਣਾ ਸਿਰ ਤੇ ਅਸੀਂ ਆਪਣੀ ਜ਼ਿੰਦਗੀ ਨੂੰ ਅਮੀਰ ਕਰ ਸਕਦੇ ਹਾਂ ਤਾਂ ਸਾਧ ਸੰਗਤ ਜੀ ਅੱਜ ਆਪਾਂ ਭਾਈ ਸੱਤਾ ਤੇ ਬਲਵੰਡ ਜੀ ਦੀ ਉਚਾਰਨ ਕੀਤੀ ਹੋਈ ਜਿਹੜੀ ਇਹ ਰਾਮਕਲੀ ਕੀ ਰਾਗ ਅੰਤਰਾ ਇਹ ਵਾਰ ਹੈ ਉਹਦੀ ਦੂਜੀ ਪੌੜੀ ਦੀ ਵਿਚਾਰ ਸਾਂਝੀ ਕੀਤੀ ਹੈ ਏਦਾਂ ਆਪਾਂ ਰੋਜ਼ ਇੱਕ ਇੱਕ ਪੌੜੀ ਸਮਝਦੇ ਜਾਈਏ ਪੜ੍ਹਦੇ ਜਾਈਏ ਵਿਚਾਰਦੇ ਜਾਈਏ ਤੇ ਰਹਿਮਤਾਂ ਜਿਹੜੀਆਂ ਵਰਸ ਰੀਆਂ ਨੇ ਇਹਨਾਂ ਤੋਂ ਅਸੀਂ ਆਪਣੇ ਜੀਵਨ ਦੇ ਵਿੱਚ ਉਹ ਆਨੰਦ ਲੈ ਸਕੀਏ ਤੇ ਆਹ ਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਸਵਾਰ ਸਕੀਏ 967 ਨੰਬਰ ਅੰਕ ਤੇ ਇਹ ਪੌੜੀ ਹੈ ਜਿਸ ਦਾ ਆਪਾਂ ਪਾਠ ਤੇ ਅੱਜ ਵਿਚਾਰ ਸਾਂਝੇ ਕੀਤੇ ਨੇ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ